HS ਫੂਲਕਾ ਜੀ ਇਹਨਾਂ ਸਭ ਦੇ ਕਹਿਣ 'ਤੇ ਆਮ ਆਦਮੀ ਪਾਰਟੀ 9 ਜਨਵਰੀ 2014 ਨੂੰ ਐਕਟਿਵਲੀ ਜੁਆਇਨ ਕੀਤੀ ਸੀ, ਜਦਕਿ ਪਹਿਲਾਂ ਵੀ ਮੈਂ ਅੰਨਾ ਹਜ਼ਾਰੇ ਮੂਵਮੈਂਟ ਤੋਂ ਲੈ ਕੇ ਅੰਨਾ ਹਜ਼ਾਰੇ ਜੀ ਦੀਆਂ ਜਾਂ ਕਿਸੇ ਹੋਰ ਦੀਆਂ ਸਾਰੀਆਂ ਪੋਸਟ ਸ਼ੇਅਰ ਕਰਦਾ ਰਿਹਾ ਆਪਣੇ ਫੈਨ ਪੇਜ 'ਤੇ। 2014 ਦੇ ਵਿੱਚ 9 ਜਨਵਰੀ ਨੂੰ ਬਿਨਾਂ ਕੋਈ ਟਿਕਟ ਲਏ ਆਮ ਆਦਮੀ ਪਾਰਟੀ 'ਚ ਆਏ ਸੀ। 26 ਜਨਵਰੀ ਨੂੰ ਫੂਲਕਾ ਜੀ ਦੇ ਕਹਿਣ 'ਤੇ ਕਾਗਜ਼ ਭਰੇ ਸੀ ਆਮ ਆਦਮੀ ਪਾਰਟੀ ਦੇ ਵੀ, ਜੱਸੀ ਅਨੰਦਪੁਰ ਸਾਹਿਬ ਤੋਂ ਤੂੰ ਕਾਗਜ਼ ਭਰ ਦੇ ਵੀ ਮੈਂ ਤੈਨੂੰ ਜਾਣਦਾ ਹਾਂ, ਸਿੰਸ 2009 ਮੀ ਐਂਡ ਫੂਲਕਾ ਜੀ ਹੈਵ ਵਰਕਡ, ਅਸੀਂ ਹਿਊਮਨ ਰਾਈਟਸ ਦੇ ਨਾਲ, ਅਸੀਂ 1984 ਜੋ ਕਤਲੇਆਮ ਹੋਇਆ ਇਨਸਾਨੀਅਤ ਦਾ, ਸਿੱਖ ਕੌਮ ਦਾ ਸਾਡੇ ਦੇਸ਼ 'ਚ, ਉਹਦੇ ਲਈ ਅਸੀਂ ਕੰਮ ਕੀਤਾ ਸੀ, ਤਾਂ ਇੱਕ ਦੂਜੇ ਨੂੰ ਅਸੀਂ ਜਾਣਨ ਕਰਕੇ ਫੂਲਕਾ ਜੀ ਦੀ ਪ੍ਰੇਰਨਾ ਸਦਕਾ ਆਮ ਆਦਮੀ ਪਾਰਟੀ ਜੁਆਇਨ ਕਰਕੇ 9 ਜਨਵਰੀ ਤੋਂ ਲੈ ਕੇ 26 ਜਨਵਰੀ ਤੱਕ ਮੈਂ ਨਹੀਂ ਕਿਤੇ ਵੀ ਦਿਖਾਇਆ ਕਿ ਮੈਂ ਲੜਨਾ, ਪਰ ਫੂਲਕਾ ਜੀ ਕਹਿੰਦੇ ਰਹੇ ਜੱਸੀ ਜੀ ਤੁਸੀਂ ਜ਼ਰੂਰ ਅਨੰਦਪੁਰ ਸਾਹਿਬ ਤੋਂ ਕਾਗਜ਼ ਭਰੋ। ਅਨੰਦਪੁਰ ਸਾਹਿਬ ਤੋਂ ਕਾਗਜ਼ ਭਰੇ, ਅਨੰਦਪੁਰ ਸਾਹਿਬ ਤੋਂ ਟਿਕਟ ਮਿਲਦੀ ਹੈ ਹਿੰਮਤ ਸਿੰਘ ਸ਼ੇਰਗਿੱਲ ਨੂੰ। ਅਸੀਂ ਆਮ ਆਦਮੀ ਪਾਰਟੀ ਦੇ ਲਈ ਮੈਂ ਉਦੋਂ ਵੀ ਇੱਕ ਗੀਤ ਇਨਕਲਾਬ ਦਿੱਤਾ ਮਾਰਚ ਦੇ ਵਿੱਚ, ਜਿਹੜਾ ਪੂਰੇ ਦੇਸ਼ ਦੇ ਵਿੱਚ ਸਾਰੀਆਂ ਲੋਕ ਸਭਾ ਸੀਟਾਂ 'ਤੇ ਜਿੱਥੇ ਜਿੱਥੇ ਆਮ ਆਦਮੀ ਪਾਰਟੀ ਚੋਣ ਲੜੀ ਸੀ, ਵਾਰਾਣਸੀ ਜਿੱਥੇ ਅਰਵਿੰਦ ਕੇਜਰੀਵਾਲ ਚੋਣ ਲੜੇ ਉੱਥੇ ਵੀ ਚੱਲਿਆ, ਅਤੇ ਜਿੱਥੇ ਅਮੇਠੀ ਕੁਮਾਰ ਵਿਸ਼ਵਾਸ ਚੋਣ ਲੜੇ ਉਹ ਖੁਦ ਕਹਿੰਦੇ ਸੀ ਕਿ ਜੱਸੀ ਮੈਂ ਤੁਹਾਡਾ ਗਾਣਾ, ਜਿੱਥੇ ਮੈਂ ਨਹੀਂ ਸੀ ਪਹੁੰਚ ਪਾਉਂਦਾ ਅਮੇਠੀ ਦੇ ਵਿੱਚ, ਕਹਿੰਦੇ ਮੈਂ ਤੁਹਾਡਾ ਗਾਣਾ, ਮੈਂ ਕਹਿਤਾ ਤਾ ਯਾਰ ਉਸ ਲੜਕੇ ਦਾ ਗਾਣਾ ਲਗਾ ਦਿਓ ਜੱਸੀ ਕਾ, ਵੀ ਉਸ ਗਾਣੇ ਮੈਂ ਸਭ ਕੁਛ ਹੀ ਆ ਜੋ ਮੈਨੇ ਕਹਿਣਾ ਹੈ। ਉਹ ਹਿੰਦੀ 'ਚ ਗਾਣਾ ਸੀਗਾ, ਉਹ ਸਾਰੀਆਂ ਲੋਕ ਸਭਾਵਾਂ 'ਤੇ ਚੱਲਿਆ। ਉਸ ਤੋਂ ਬਾਅਦ ਵੀ ਕਿਉਂਕਿ ਐਜ਼ ਐਨ ਆਰਟਿਸਟ ਮੇਰਾ ਫਰਜ਼ ਬਣਦਾ ਸੀ, ਮੈਂ ਆਪਣੀ ਕਲਮ ਰਾਹੀਂ, ਮੈਂ ਆਪਣੀ ਆਵਾਜ਼ ਰਾਹੀਂ ਜੋ ਦੇ ਸਕਦਾ ਸੀ ਉਸ ਰੈਵੋਲਿਊਸ਼ਨ ਨੂੰ ਉਹ ਦਿੱਤਾ। ਫਿਰ ਸਾਨੂੰ 3 ਜਾਂ 4 ਅਪ੍ਰੈਲ ਨੂੰ ਟਿਕਟ ਮਿਲਦੀ ਹੈ ਬਠਿੰਡਾ ਤੋਂ, ਜਿਹੜਾ ਕਿ ਮੇਰਾ ਏਰੀਆ ਨਹੀਂ ਸੀਗਾ ਬਠਿੰਡਾ, ਨਾ ਮੇਰੇ ਉੱਥੇ ਕੋਈ ਸਕੂਲਿੰਗ ਹੋਈ ਹੈ, ਨਾ ਮੇਰੇ ਕੋਈ ਉੱਥੇ ਨਾਨਕੇ ਨੇ, ਨਾ ਕੋਈ ਮੇਰੀ ਰਿਸ਼ਤੇਦਾਰੀ ਹੈ, ਨਾ ਕੋਈ ਇੰਨੇ ਜ਼ਿਆਦਾ ਮੇਰਾ ਕੋਈ ਫਰੈਂਡ ਸਰਕਲ ਸੀਗਾ, ਸਿਰਫ ਸ਼ੋਜ਼ ਕਰਨ ਜ਼ਰੂਰ ਜਾਂਦੇ ਸੀ। ਸਾਨੂੰ ਜਦੋਂ ਬਠਿੰਡਾ ਤੋਂ ਥਾਪੜਾ ਦਿੱਤਾ, ਕਹਿੰਦੇ ਜੀ ਜਿਹੜੇ ਵੱਡੇ ਲੀਡਰ ਹੈ ਉਹਨਾਂ 'ਚੋਂ ਕੋਈ ਵੀ ਹਰਸਿਮਰਤ ਬਾਦਲ ਅਤੇ ਮਨਪ੍ਰੀਤ ਬਾਦਲ ਦੇ ਵਿਰੁੱਧ ਲੜਨ ਨੂੰ ਤਿਆਰ ਨਹੀਂ। ਅਤੇ ਮੈਂ ਇੱਕ ਵਾਰ ਨਹੀਂ ਸੋਚਿਆ, ਮੈਂ ਸਿੱਧਾ ਕੇਜਰੀਵਾਲ ਸਾਹਿਬ ਨੂੰ ਕਿਹਾ ਕਿ ਜੀ ਮੇਰੀ ਹਾਂ ਆ, ਵੀ ਮੈਂ ਲੜਾਂਗਾ, ਵੀ ਜ਼ਰੂਰੀ ਨਹੀਂ ਹੁੰਦਾ ਹਰ ਲੜਾਈ ਜਿੱਤਣ ਲਈ ਲੜੀ ਜਾਵੇ, ਇੱਕ ਕ੍ਰਾਂਤੀ ਜਿਉਂਦੀ ਰਹਿ ਜੇ, ਇੱਕ ਯੂਥ ਦਾ ਜਿਹੜਾ ਉਦੋਂ ਜਲੋ ਜਲਾਲ ਸੀ, ਜਿਹੜਾ ਜੋਸ਼ ਸੀ ਉਹ ਜਿਉਂਦਾ ਰਹਿ ਜੇ, ਉਹਨੂੰ ਇੱਕ ਹੋਰ ਥਾਪੜਾ ਦੇਣ ਲਈ ਅਸੀਂ ਆਪਣੇ ਕੈਰੀਅਰ, ਜਦਕਿ ਤੁਹਾਨੂੰ ਵੀ ਪਤਾ ਵੇ ਬਾਦਲਾਂ ਦੀ ਸਰਕਾਰ ਸੀ ਉਦੋਂ, ਅਤੇ ਬਾਦਲਾਂ ਦੇ ਗੜ੍ਹ ਦੇ ਵਿੱਚ ਹੀ ਕੋਈ ਕਲਾਕਾਰ ਗਾਣਿਆਂ 'ਚ ਜਿੰਨਾ ਮਰਜ਼ੀ ਕੋਈ ਚੀਕਾਂ ਮਾਰ ਲਏ, ਚੱਕ ਦਾਂਗੇ, ਮਾਰ ਦਾਂਗੇ, ਆਹ ਕਰ ਦਾਂਗੇ, ਉਹ ਕਰ ਦਾਂਗੇ, ਪਰ ਪ੍ਰੈਕਟੀਕਲੀ ਨੋ ਬੜੀ ਡੇਅਰਸ ਟੂ ਸਟੈਂਡ ਅਗੇਂਸਟ ਦ ਚੀਫ ਮਿਨਿਸਟਰ। ਅਤੇ ਜੱਸੀ ਜਸਰਾਜ ਉੱਥੇ ਜਾ ਕੇ ਲੜਿਆ, ਇਮਾਨਦਾਰੀ ਨਾਲ ਲੜੇ ਹਾਂ, ਸੁਖਬੀਰ ਬਾਦਲ ਤੋਂ ਲੈ ਕੇ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਹਰਸਿਮਰਤ ਬਾਦਲ, ਮਜੀਠੀਆ, ਉਹ ਸਾਰੇ ਕਹਿੰਦੇ ਅਸੀਂ ਜੀ ਗੁਰੂ ਦੀ ਆਗਿਆ ਨਾਲ ਕਰਦੇ ਹਾਂ। ਉਹਨਾਂ 'ਚੋਂ ਇੱਕ ਬੰਦਾ ਕਹਿ ਦੇ ਵੀ ਭਾਈ ਤੁਹਾਡੀ ਇੱਕ ਪੰਜੀ ਵੀ ਚੱਕੀ ਹੋਵੇ। ਜੇ ਮੋਦੀ ਦੇ ਖਿਲਾਫ਼ ਕੇਜਰੀਵਾਲ ਲੜੇ ਸੀ ਤਾਂ ਪੰਜਾਬ ਦੇ ਮੋਦੀ ਦੇ ਖਿਲਾਫ਼ ਜੱਸੀ ਜਸਰਾਜ ਬਠਿੰਡੇ ਲੜਿਆ ਸੀ। ਅਸੀਂ ਤਨ ਮਨ ਧਨ ਤੋਂ ਲੜੇ, ਅਰਵਿੰਦ ਕੇਜਰੀਵਾਲ ਨੇ ਜਿਨ੍ਹਾਂ ਨੇ ਸਾਰੇ ਪੰਜਾਬ ਦਾ ਚੱਕਰ 10, 11, 12 ਅਪ੍ਰੈਲ ਨੂੰ ਉਹਨਾਂ ਦੇ ਨਾਲ ਚਲਾਇਆ ਸੀ 2014 'ਚ, ਬਟ ਉਹ ਬਠਿੰਡੇ ਨਹੀਂ ਆਏ ਅਤੇ 25 ਕਿਲੋਮੀਟਰ ਦੂਰ ਸੁਨਾਮ ਤੋਂ, ਬਠਿੰਡੇ ਦੀ ਹੱਦ ਤੋਂ ਉਹ ਵਾਪਸ ਮੁੜ ਗਏ। ਕਹਿੰਦੇ ਜੱਸੀ ਜੀ ਮੈਂ ਆ ਨਹੀਂ ਪਾਊਂਗਾ ਜੀ, ਆਪਕੇ ਸ਼ਡਿਊਲ ਮੈਂ ਨਹੀਂ ਹੈ। ਮੈਂ ਉਹਨਾਂ ਨੂੰ ਉਦੋਂ ਵੀ ਕਿਹਾ ਸੀਗਾ ਦਰਬਾਰ ਸਾਹਿਬ ਬੈਠ ਕੇ ਕੇਜਰੀਵਾਲ ਸਾਹਿਬ ਨੂੰ, ਮੈਂ ਕਿਹਾ ਜੀ ਲੋਕਾਂ ਦਾ ਗੁੱਸਾ ਬਾਦਲਾਂ ਪ੍ਰਤੀ ਹੈ, ਲੋਕਾਂ ਦਾ ਗੁੱਸਾ ਬਾਦਲ ਸਰਕਾਰ ਦੀਆਂ ਨੀਤੀਆਂ ਪ੍ਰਤੀ ਹੈ, ਲੋਕਾਂ ਦਾ ਗੁੱਸਾ ਬਾਦਲਾਂ ਵੱਲੋਂ ਕੀਤੀ ਲੁੱਟ ਖਸੁੱਟ ਜ਼ੁਲਮ ਦੇ ਵਿਰੁੱਧ ਹੈ। ਅਤੇ ਜੇ ਤੁਸੀਂ ਬਾਦਲਾਂ ਦੇ ਰਾਜ ਵਿੱਚ ਬਠਿੰਡਾ ਨਹੀਂ ਆਓਗੇ, ਜਿੱਥੇ ਲੋਕ ਹਰਸਿਮਰਤ ਬਾਦਲ ਨੂੰ ਹਾਰਦਾ ਦੇਖਣਾ ਚਾਹੁੰਦੇ ਆ,
ਤਾਂ ਸਾਡਾ ਵੋਟ ਬੈਂਕ ਸਾਰੇ ਪਾਸੇ ਘਟੂਗਾ, ਸਾਨੂੰ ਨੁਕਸਾਨ ਹੋਊਗਾ। ਬਟ ਕੇਜਰੀਵਾਲ ਸਾਹਿਬ ਨੇ ਦਰਬਾਰ ਸਾਹਿਬ 'ਚ ਬੈਠ ਕੇ ਮੈਨੂੰ ਕਹਿਤਾ ਸੀ, ਕਹਿੰਦੇ ਵੀ ਦੇਖੋ ਜੀ, ਜਿਨ੍ਹਾਂ ਨੇ ਪਲੈਨ ਬਣਾਇਆ ਹੈ ਜੱਸੀ ਜੀ, ਉਹਨਾਂ ਨੇ ਸੋਚ ਕੇ ਹੀ ਬਣਾਇਆ ਹੋਗਾ, ਅਗਰ ਉਹਨਾਂ ਨੇ ਬਠਿੰਡਾ ਨਹੀਂ ਰੱਖਾ ਤਾਂ ਮੈਂ ਕਿਆ ਕਰ ਸਕਦਾ ਹਾਂ। ਮੈਂ ਕਿਹਾ ਜੀ, ਉਹ ਪਲੈਨ ਵਾਲੇ ਦਿੱਲੀ ਬੈਠੇ ਆ, ਇਹ ਪੰਜਾਬ ਹੈ। ਮੈਂ ਕਿਹਾ ਸ਼ਤਰੰਜ ਮੇ ਰਾਜਾ ਮਾਰਾ ਜਾਤਾ ਹੈ, ਪਿਆਦੋਂ ਕੋ ਮਾਰ ਕੇ ਕੋਈ ਸੈਲੀਬ੍ਰੇਟ ਨਹੀਂ ਕਰਤਾ। ਚੰਦੂ ਮਾਜਰਾ ਜਾਂ ਢੀਂਡਸਾ ਕੇ ਖਿਲਾਫ ਲੋਗੋਂ ਕਾ ਗੁੱਸਾ ਨਹੀਂ ਹੈ, ਅਨਿਲ ਜੋਸ਼ੀ ਜਾਂ ਬੀਜੇਪੀ ਕੇ ਪ੍ਰਤੀ ਲੋਕ ਨਹੀਂ ਕਹਤੇ, ਲੋਕ ਬਾਦਲੋਂ ਕੋ ਕੋਸਤੇ ਹੈ ਔਰ ਬਾਦਲੋਂ ਕੇ ਰਾਜ ਮੇ ਲੋਕ ਬਾਦਲੋਂ ਕਾ ਪਤਨ ਦੇਖਣਾ ਚਾਹਤੇ ਹੈ। ਪਰ ਕੇਜਰੀਵਾਲ ਸਾਹਿਬ ਨੇ ਸਾਡੀ ਇੱਕ ਨਹੀਂ ਸੁਣੀ। ਉਹ ਸੁਨਾਮ ਤੋਂ ਮੁੜੇ, ਭਗਵੰਤ ਮਾਨ ਨੂੰ ਬਹੁਤ ਵਾਰੀ ਕਿਹਾ ਸੀ ਕਿ ਭਗਵੰਤ ਤੇਰੇ ਕੋਲ ਆ ਰਹੇ ਨੇ ਬਾਈ, ਸਾਡੇ ਕੋਲ ਅੱਧਾ ਘੰਟਾ ਹੀ ਲਵਾ ਦੇ। ਭਗਵੰਤ ਮਾਨ ਦੀ ਸੀਟ ਜਿਹੜੀ ਕਿ ਪਹਿਲਾਂ ਹੀ ਹਵਾ ਬਣ ਚੁੱਕੀ ਸੀ ਅਤੇ ਉਹ ਜਿੱਤਣ ਦੇ ਕਿਨਾਰੇ ਸੀ, ਉੱਥੇ 8-9 ਘੰਟੇ ਭਗਵੰਤ ਮਾਨ ਨੇ ਉੱਥੇ ਉਲਝਾਈ ਰੱਖਿਆ ਉਹਨਾਂ ਨੂੰ, ਜਦਕਿ ਵੱਡਾ ਦਿਲ ਕਰਕੇ ਉਹ ਕ੍ਰਾਂਤੀ ਜਿਉਂਦੀ ਰਹਿ ਜਾਂਦੀ ਜੇ ਉਹ ਬਠਿੰਡੇ ਭੇਜ ਦਿੰਦਾ। ਅਤੇ ਜਿਹੜੇ ਰਿਜ਼ਲਟ ਸੰਗਰੂਰ 'ਚ ਆਏ ਸੀ 2014 'ਚ, ਜਿਹੜੇ ਉਹਦੇ ਗੁਆਂਢ ਫਰੀਦਕੋਟ 'ਚ ਆਏ ਸੀ, ਫਰੀਦਕੋਟ ਅਤੇ ਸੰਗਰੂਰ ਦੇ ਵਿਚਕਾਰ ਪੈਂਦਾ ਬਠਿੰਡਾ, ਇੱਦਾਂ ਕਿੱਦਾਂ ਹੋ ਸਕਦਾ ਵੀ ਉਰੇ ਮੀਂਹ ਪਵੇ ਅਤੇ ਠੰਡ ਬਠਿੰਡੇ ਨਾ ਜਾਵੇ, ਇੱਥੇ ਮੀਂਹ ਪਵੇ ਅਤੇ ਠੰਡ ਬਠਿੰਡੇ ਨਾ ਆਵੇ? ਜੇ ਉਸ ਬੈਲਟ ਦੇ ਵਿੱਚ ਹੀ ਕ੍ਰਾਂਤੀ ਆ ਰਹੀ ਸੀ, ਫਰੀਦਕੋਟ ਤੋਂ ਲੈ ਕੇ ਤੁਸੀਂ ਲਾ ਲਓ ਵੀ ਹਰਿੰਦਰ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ, ਪਟਿਆਲਾ ਤੋਂ ਧਰਮਵੀਰ ਗਾਂਧੀ, ਸੰਗਰੂਰ ਤੋਂ ਭਗਵੰਤ ਮਾਨ, ਉੱਧਰੋਂ ਫਰੀਦਕੋਟ ਤੋਂ ਪ੍ਰੋਫੈਸਰ ਸਾਧੂ ਸਿੰਘ ਜਿੱਤੇ, ਇੱਦਾਂ ਕੀ ਗੱਲ ਸੀ ਕਿ ਬਠਿੰਡੇ ਉਹ ਕ੍ਰਾਂਤੀ ਥੋੜ੍ਹੀਆਂ ਵੋਟਾਂ ਲੈ ਪਾਈ? ਸਿਰਫ ਕਿਉਂਕਿ ਬਾਦਲਾਂ ਨੂੰ ਰੋਕ ਹਰਾਉਣਾ ਚਾਹੁੰਦੇ ਸੀ। ਪਿੰਡਾਂ ਦੇ ਪਿੰਡਾਂ ਨੇ ਕਹਿਤਾ ਸੀ, ਜੱਸੀ ਤੇਰਾ ਲੀਡਰ ਹੀ ਸੀਰੀਅਸ ਨਹੀਂ ਹੈਗਾ, ਜੇ ਤੇਰਾ ਲੀਡਰ ਹੀ ਆ ਜਾਏ, ਭਗਵੰਤ ਮਾਨ ਇੱਕ ਚੱਕਰ ਲਾ ਦੇ, ਬਜ਼ੁਰਗ ਕਹਿੰਦੇ ਸੀ, ਸਾਰੇ ਪਿੰਡ ਦੀ ਵੋਟ ਪਵਾ ਦਾਂਗੇ। ਮੈਂ ਭਗਵੰਤ ਨੂੰ ਕਹਿੰਦਾ ਰਿਹਾ, ਮਹਾਂ ਬਾਈ ਆ ਜਾ, ਤੇਰੀ ਲੋੜ ਹੈ, ਤੂੰ ਤਾਂ ਜਿੱਤਿਆ ਪਿਆ। ਜਦੋਂ ਬਠਿੰਡੇ ਦੇ ਬਾਰਡਰ ਏਰੀਏ ਦੇ ਪਿੰਡਾਂ ਕੋਲ ਆਉਣਾ ਤਾਂ ਸਾਡੇ ਵੱਲ ਵੀ ਗੇੜਾ ਮਾਰ ਦੇ, ਮਹਾਂ ਮੇਰੀ ਇੱਜ਼ਤ ਰਹਿ ਜੂ ਨਾ ਜੀ। ਉਸ ਤੋਂ ਬਾਅਦ 2014 ਤੋਂ ਬਾਅਦ 2014, 15, 16 ਅਸੀਂ ਈਮੇਲਸ ਲਿਖੀਆਂ ਨੇ ਅਰਵਿੰਦ ਕੇਜਰੀਵਾਲ ਨੂੰ, ਪਰ ਸਾਡੀ ਕਿਸੇ ਈਮੇਲ ਦਾ ਜਵਾਬ ਨਹੀਂ ਆਇਆ। 2015 ਦੇ ਵਿੱਚ ਜਦੋਂ ਅਰਵਿੰਦ ਕੇਜਰੀਵਾਲ ਜੀ ਦੀ ਦੁਬਾਰਾ ਸਰਕਾਰ ਬਣੀ ਹੈ, ਉਸ ਸਰਕਾਰ ਦੇ ਵਿੱਚ ਜੱਸੀ ਜਸਰਾਜ ਦਾ ਯੋਗਦਾਨ, ਵੱਡੇ ਤੋਂ ਵੱਡੇ ਚੈਨਲਾਂ ਨੇ ਵੀ ਮੰਨਿਆ ਕਿ ਜੱਸੀ ਤੁਸੀਂ ਕੁਮਾਰ ਵਿਸ਼ਵਾਸ, ਭਗਵੰਤ ਮਾਨ ਅਤੇ ਇੱਕ ਵਿਸ਼ਾਲ ਦਦਲਾਨੀ, ਕਹਿੰਦੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ, ਕਿਉਂਕਿ ਤੀਜੀ ਵਾਰ ਇਲੈਕਸ਼ਨ ਦਿੱਲੀ 'ਚ ਹੋ ਰਹੀ ਸੀ। 2013 ਜਦੋਂ ਕੇਜਰੀਵਾਲ ਸਾਹਿਬ ਦੀ ਪਹਿਲੀ ਵਾਰ ਸਰਕਾਰ ਬਣੀ, 2014 ਲੋਕ ਸਭਾ ਅਤੇ 2015 'ਚ ਦੁਬਾਰਾ ਫਿਰ ਵਿਧਾਨ ਸਭਾ ਦੀ ਇਲੈਕਸ਼ਨ ਹੋਈ ਸੀ ਦਿੱਲੀ ਦੇ ਵਿੱਚ। ਉਹ ਕਹਿੰਦੇ ਪੀਪਲ ਵਰ ਫੈਡ ਅਪ ਵਿਦ ਦ ਪੋਲੀਟੀਕਲ ਸਪੀਚਿਸ, ਕਹਿੰਦੇ ਜਿਹੜੇ ਤੁਹਾਡੇ ਮਿਊਜ਼ੀਕਲ ਕੰਟੈਂਟ ਸੀ, ਜਿਹੜੀਆਂ ਤੁਹਾਡੀਆਂ ਵਾਈਬ੍ਰੈਂਟ ਸਪੀਚਿਸ ਸੀ, ਉਹਨਾਂ ਕਰਕੇ ਲੋਕ ਦੁਬਾਰਾ ਜਾਗੇ ਵੀ ਨਹੀਂ, ਆਉਣਾ ਪੈਣਾ ਯਾਰ ਇੱਕ ਵਾਰੀ ਫਿਰ ਕੇਜਰੀਵਾਲ ਨੂੰ ਚਾਂਸ ਦੇਣਾ। 2015 ਫਰਵਰੀ ਦੇ ਵਿੱਚ ਸਰਕਾਰ ਬਣਦੀ ਹੈ, ਕੇਜਰੀਵਾਲ ਦੇ ਮੰਤਰੀ ਨੇ, ਜਿੱਥੇ ਇਹਨਾਂ ਨੇ ਰਾਮਲੀਲਾ ਮੈਦਾਨ 'ਚ ਸਹੁੰ ਚੱਕੀ ਸੀ ਕੇਜਰੀਵਾਲ ਸਾਹਿਬ ਨੇ, ਇਹਨਾਂ ਦੇ ਮੰਤਰੀ ਨੇ ਸਾਡੇ ਪੈਰੀ ਹੱਥ ਲਾਏ ਸੀ, ਜੱਸੀ ਆਪਕਾ ਬਹੁਤ ਵੱਡਾ ਯੋਗਦਾਨ ਹੈ ਭਾਈ, ਆਪਕੇ ਪਾਵੇ ਕਾ ਬਹੁਤ ਵੱਡਾ ਯੋਗਦਾਨ ਹੈ। 2015 ਮਈ ਜਾਂ ਜੂਨ ਨੂੰ ਮੈਂ ਇਹਨਾਂ ਨੂੰ ਫਿਰ ਮੇਲ ਲਿਖਤੀ ਸੀ, ਕਿਉਂਕਿ ਆਪ ਹੁਦਰਾਪਣ ਸ਼ੁਰੂ ਹੋ ਗਿਆ ਸੀ ਕਿ ਮੈਨੂੰ ਤੁਹਾਡੀ MP MLA ਦੀ ਸੀਟ ਨਹੀਂ ਚਾਹੀਦੀ, ਸੱਚ ਨੂੰ ਕਰੂਸੀਫਾਈ ਨਾ ਕਰੋ, ਸੱਚ ਦਾ ਕਤਲ ਨਾ ਕਰੋ, ਅਤੇ ਜੇ ਤੁਸੀਂ ਚਾਹੁੰਦੇ ਹੋ ਕਿ ਆਮ ਆਦਮੀ ਪਾਰਟੀ 2017 ਸਰਕਾਰ ਬਣਾਏ ਤਾਂ ਨੀਵੇਂ ਹੋ ਕੇ ਚੱਲੋ, ਹੋਛੇ ਹੋ ਕੇ ਨਾ ਚੱਲੋ, ਯੂਨਾਈਟਿਡ ਚੱਲੋ। ਬਟ 2015 ਦੇ ਵਿੱਚ ਹੀ ਤੁਸੀਂ ਦੇਖ ਲਓ, ਧਰਮਵੀਰ ਗਾਂਧੀ ਅਤੇ ਹਰਿੰਦਰ ਖਾਲਸਾ ਜੀ ਨੂੰ ਕੱਢ ਦਿੱਤਾ ਗਿਆ, ਜਿਨ੍ਹਾਂ ਦਾ ਕਿਸੇ ਲੀਡਰ ਨੇ ਕਿਹਾ ਕਿ ਨਹੀਂ ਕਿਹਾ, ਪਰ ਮੇਰੇ ਕੋਲ ਈਮੇਲ ਸਬੂਤ ਨੇ। ਮੈਂ ਕੇਜਰੀਵਾਲ, ਸੰਜੇ ਸਿੰਘ ਨੂੰ ਸਭ ਨੂੰ ਕਿਹਾ ਕਿ ਤੁਸੀਂ ਇਹ ਬਜਰ ਗੁਨਾਹ ਕਰ ਰਹੇ ਹੋ। ਮੈਂ ਕਿਹਾ ਤੁਸੀਂ ਧਰਮਵੀਰ ਗਾਂਧੀ ਨੂੰ ਹਲਕੇ 'ਚ ਲੈ ਰਹੇ ਹੋ, ਉਹ ਬੰਦਾ ਅੱਜ ਤੁਹਾਨੂੰ ਲੱਗਦਾ ਹੋਊਗਾ ਵੀ ਕਿਆ ਕਰ ਲਏਗਾ, ਕੇਜਰੀਵਾਲ ਕੀ ਲਹਿਰ ਹੈ। ਮੈਂ ਕਿਹਾ ਧਰਮਵੀਰ ਗਾਂਧੀ ਪਿੱਛੇ ਜੇ ਇੱਕ ਏਰੀਏ, ਇੱਕ ਵਿਧਾਨ ਸਭਾ 'ਚੋਂ
500 ਵੋਟ ਵੀ ਧਰਮਵੀਰ ਗਾਂਧੀ ਦੀ ਸੱਚਾਈ ਨਾਲ ਹੋਈ ਤਾਂ 500 ਵੋਟ ਬਹੁਤ ਹੁੰਦੀ ਹੈ, ਇੱਕ ਵੋਟ ਤੋਂ ਜਿੱਤਿਆ ਹਾਰ ਤੈਅ ਹੋ ਜਾਂਦੀ ਹੈ। ਮੈਂ ਕਿਹਾ ਤੁਸੀਂ ਆਕੜ 'ਚ ਕਿ ਅਸੀਂ ਦਿੱਲੀ 'ਚ 67 ਆ ਗਏ ਹਾਂ, ਉਸ ਆਕੜ 'ਚ ਮੈਂ ਕਿਹਾ ਬੰਦੇ ਦੁਤਕਾਰ ਰਹੇ ਹੋ, ਇਹ ਗਲਤ ਹੈ। ਪਰ ਸਾਡੀ ਕਿਸੇ ਈਮੇਲ ਦਾ ਜਵਾਬ ਨਹੀਂ। ਅੰਦਰ ਖਾਤੇ ਅਸੀਂ 2014-15-16 'ਚ ਈਮੇਲਾਂ ਕੀਤੀਆਂ। 2016 ਜਨਵਰੀ ਨੂੰ ਪਹਿਲੀ ਵਾਰੀ ਮੈਂ ਆਪਣੇ ਫੈਨ ਪੇਜ ਜੱਸੀ ਜਸਰਾਜ 'ਤੇ ਓਪਨ ਹੋ ਕੇ ਪਬਲਿਕ 'ਚ ਵੀਡੀਓ ਪਾਇਆ ਵੀ ਨਹੀਂ। ਜਦੋਂ ਸਾਰੇ ਲੀਡਰ ਜਿਹੜੇ ਅੱਜ, ਚਾਹੇ ਸੁਖਪਾਲ ਖਹਿਰਾ ਨੇ, ਚਾਹੇ ਗੁਰਪ੍ਰੀਤ ਘੁੱਗੀ ਹੈ, ਚਾਹੇ ਕੰਵਰ ਸੰਧੂ ਨੇ, ਅਤੇ ਜਿਹੜੇ ਹੋਰ ਜਿਨ੍ਹਾਂ ਨੂੰ ਟਿਕਟਾਂ ਮਿਲੀਆਂ, ਕੋਈ ਪੁਲਿਸ ਅਫਸਰ ਚੀਮਾ ਅਤੇ ਫਲਾਣਾ ਦਿਸ ਦੈਨ ਦੈਟ, ਉਹ ਸਾਰੇ ਬਾਅਦ 'ਚ ਆਏ ਨੇ। ਉਹਨਾਂ ਦੇ ਆਉਣ ਤੋਂ ਪਹਿਲਾਂ ਜੱਸੀ ਜਸਰਾਜ ਰਿਟਰਨ 'ਚ ਕਹਿ ਚੁੱਕਿਆ ਸੀ, ਕੇਜਰੀਵਾਲ ਜੀ ਤੁਹਾਡੀ MP MLA ਦੀ ਸੀਟ ਲਈ ਮੈਂ ਸੱਚ ਕੁਰਬਾਨ ਨਹੀਂ ਕਰ ਸਕਦਾ। ਜਦੋਂ ਕਿ ਸਾਰੇ ਲੀਡਰ ਤਰਸ ਰਹੇ ਸੀ, ਜਗਮੀਤ ਬਰਾੜ ਵਰਗਿਆਂ ਦੇ ਵੀ ਬਿਆਨ ਆਉਂਦੇ ਸੀ ਕਿ ਸਾਨੂੰ ਲੈ ਲਓ, ਸਾਨੂੰ ਲੈ ਲਓ, ਅਸੀਂ ਕਹਿ ਰਹੇ ਸੀ ਨਾ। ਜੱਸੀ ਜਸਰਾਜ ਦੀ ਬਣੀ ਬਣਾਈ ਟਿਕਟ ਸੀ ਇੱਥੇ ਖਰੜ ਤੋਂ, ਜਿਹੜੀ ਮਨੀਸ਼ ਸਿਸੋਦੀਆ ਨੇ ਪ੍ਰੋਮਿਸ ਕਰਤੀ ਸੀ 2014 'ਚ ਲੋਕ ਸਭਾ ਇਲੈਕਸ਼ਨਾਂ ਤੋਂ ਬਾਅਦ। ਮੈਂ ਕਹਿੰਦਾ ਇੱਕ ਟਿਕਟ ਪਿੱਛੇ ਕੁੱਤਾ ਨਹੀਂ ਬਣ ਸਕਦਾ ਜੱਸੀ ਜਸਰਾਜ। ਜੋ ਸੱਚ ਹੈ ਉਹ ਮੇਰੇ ਪੰਜਾਬ ਨੂੰ ਦੱਸਣਾ ਟਾਈਮ 'ਤੇ ਜ਼ਰੂਰੀ ਹੈ, ਬਟ ਨੋਬਡੀ ਡੇਅਰ ਟੂ ਲਿਸਨ, ਬਿਕੋਜ਼ ਉਹਨਾਂ ਦੇ ਘੋੜੇ ਭੱਜ ਰਹੇ ਸੀ ਕਿ ਆਮ ਆਦਮੀ ਪਾਰਟੀ ਜਿੰਦਾਬਾਦ, ਜਿੰਦਾਬਾਦ 'ਚ ਹੀ ਲੋਕ ਜਿੱਤ ਲਾਂਗੇ। ਉਹਨਾਂ ਨੂੰ ਉੱਥੇ ਵੀ ਸਮਝ ਨਹੀਂ ਆਈ ਜਦੋਂ ਅਕਾਲੀਆਂ ਨੇ ਨਾਰਾ ਦਿੱਤਾ ਪੰਜਾਬ ਪੰਜਾਬੀਆਂ ਦਾ। ਇੰਨੇ ਨਾਰੇ ਦੇ ਵਿੱਚ ਹੀ ਸਮਝਾਇਆ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਪੰਜਾਬੀਆਂ ਦੀ ਨਹੀਂ ਹੈ। ਫਿਰ ਜੱਸੀ ਨੇ ਮੇਲ ਕੀਤੀ ਇਹਨਾਂ ਨੂੰ, ਉਹ ਮੈਂ ਕਿਹਾ ਇੰਨੇ ਇਸ਼ਾਰੇ ਤੋਂ ਹੀ ਸਮਝ ਲਓ, ਸਾਨੂੰ ਟਿਕਟ ਤਾਂ ਤੁਹਾਡੀ ਚਾਹੀਦੀ ਨਹੀਂ। ਇਹਨਾਂ ਨੂੰ ਇਹ ਸੀ ਵੀ ਜੱਸੀ ਟੁੱਟੂਗਾ, ਟੁੱਟ ਕੇ ਕਾਂਗਰਸ ਜਾਂ ਅਕਾਲੀਆਂ 'ਚ ਚੱਲ ਜੂਗਾ। ਇਹ ਨਹੀਂ ਕਿ ਸਾਨੂੰ BJP, ਅਕਾਲੀ ਜਾਂ ਕਾਂਗਰਸ ਦੀ ਔਫਰ ਨਹੀਂ ਸੀ, ਪਰ ਇੱਕ ਕ੍ਰਾਂਤੀ ਆ ਰਹੀ ਸੀ, ਇਲੈਕਸ਼ਨਾਂ ਆਮ ਨਹੀਂ ਸੀ। ਮੈਂ ਕਿਹਾ ਨਾ ਜੱਸੀ, ਬਥੇਰੇ ਲਾਲਚ ਪ੍ਰਲੋਭਨ ਦਿੱਤੇ ਗਏ। ਮੈਂ ਕਿਹਾ ਨਾ ਜੱਸੀ, ਬਥੇਰੇ ਆਲੇ ਦੁਆਲੇ ਲੋਕਾਂ ਨੇ ਕਿਹਾ ਕਿ ਤੇਰੀ ਇੱਜ਼ਤ ਤਾਂ ਕਰਦੇ ਨਹੀਂ ਯਾਰ, ਤੂੰ ਫਿਰ ਡਟਿਆ ਖੜਾ। ਮੈਂ ਕਿਹਾ ਨਾ, ਇਸ ਵਾਰ ਨਹੀਂ, ਇਸ ਵਾਰ ਉਹ ਗੰਦੀ ਸਿਆਸਤ ਨਹੀਂ ਹੋਏਗੀ। ਇਸ ਵਾਰ ਮੈਂ ਕਿਹਾ ਸਾਰੀ ਉਮਰ ਲਈ ਗੱਦਾਰੀ ਦਾ ਕਲੰਕ ਲੱਗੇਗਾ। ਅਸੀਂ ਫਿਰ ਡਟੇ, ਡਟ ਕੇ ਵੇਟ ਕੀਤੀ, ਲੋਕਾਂ ਦੀਆਂ NRIs ਦੀਆਂ ਗਾਲਾਂ ਵੀ ਖਾਧੀਆਂ, ਉਹ ਤੂੰ ਫਲਾਣਾ ਪਤਾ ਨਹੀਂ ਕਿਹੜੇ ਲਾਲਚ ਨੂੰ ਬੋਲੀ ਜਾਂਦਾ, ਸਾਰਾ ਪੰਜਾਬ ਜਿੰਦਾਬਾਦ ਜਿੰਦਾਬਾਦ ਕਰਦਾ। ਮੈਂ ਕਿਹਾ ਤੁਸੀਂ ਬਾਹਰ ਬੈਠੇ ਹੋ, ਤੁਹਾਨੂੰ ਸੱਚ ਨਹੀਂ ਦਿਖ ਰਿਹਾ, ਤੁਹਾਨੂੰ ਸੰਜੇ ਦੁਰਗੇਸ਼ ਵੱਲੋਂ ਕੀਤੀ ਜਿਹੜੀ ਆਪ ਹੁਦਰਾਪਣ ਹੈ, ਜਿਹੜੀ ਉਹ ਜਲਾਲਤ ਇੱਥੇ ਸਿੱਖਾਂ ਨਾਲ ਕਰ ਰਹੇ ਆ, ਪੰਜਾਬੀਆਂ ਨਾਲ ਕਰ ਰਹੇ ਆ, ਤੁਹਾਨੂੰ NRIs ਨੂੰ ਦਿਖ ਨਹੀਂ ਰਹੀ, ਤੁਹਾਨੂੰ ਫੇਸਬੁੱਕ 'ਤੇ ਬੱਲੇ ਬੱਲੇ ਦਿਖ ਰਹੀ ਹੈ। ਇੱਕ ਦਿਨ ਯਾਦ ਕਰੋਗੇ ਵੀ ਮੁੰਡਾ ਸੱਚ ਕਹਿੰਦਾ ਸੀ, ਅਤੇ ਉਹੀ ਗੱਲ ਹੋਈ। ਅੱਜ ਤੁਸੀਂ ਦੇਖ ਲਓ ਕਿ 2017 ਦੇ ਵਿੱਚ ਇਲੈਕਸ਼ਨਾਂ ਤੋਂ ਇੱਕ ਮਹੀਨਾ ਪਹਿਲਾਂ ਕੇਜਰੀਵਾਲ ਸਾਹਿਬ ਨੂੰ ਫਿਰ ਜੱਸੀ ਜਸਰਾਜ ਦੀ ਯਾਦ ਆਉਂਦੀ ਹੈ, ਉਹ ਫਿਰ ਬੁਲਾਉਂਦੇ ਨੇ ਜੱਸੀ ਜਸਰਾਜ ਨੂੰ, ਆ ਜਾਓ ਜੀ, ਗਲਤੀ ਹੋ ਗਈ ਹਮਾਰੇ ਜੀ, ਸੰਜੇ ਦੁਰਗੇਸ਼ ਸੇ ਗਲਤੀ ਹੋ ਗਈ ਹੈ, ਜੱਸੀ ਜੀ ਆਪ ਤੋਂ ਹਮਾਰੇ ਬੱਬਰ ਸ਼ੇਰ ਹੋ। ਮੈਂ ਕਿਹਾ ਕੇਜਰੀਵਾਲ ਸਾਹਿਬ ਤੁਹਾਡੀ ਅੱਖ ਅਤੇ ਜ਼ੁਬਾਨ ਤਾਂ ਪੜ੍ਹਦਾ ਮੈਂ, ਪਰ ਇਸ ਟਾਈਮ ਕਿ ਪੰਜਾਬ ਨੂੰ ਲੋੜ ਹੈ ਇੱਕ ਨਵੀਂ ਧਿਰ ਦੀ, ਕਿਉਂਕਿ ਦੋ ਭਲਵਾਨਾਂ ਤੋਂ ਲੋਕ ਮਾਰ ਖਾ ਚੁੱਕੇ ਹੈ, ਤੀਜੇ ਭਲਵਾਨ ਦੇ ਵੀ ਲੱਛਣ ਠੀਕ ਤਾਂ ਨਹੀਂ, ਪਰ ਇਹ ਦੋਨੋਂ ਹੋਰ ਜ਼ੁਲਮ ਨਾ ਕਰਨਾ, ਤੀਜੇ ਭਲਵਾਨ ਨੂੰ ਜਵਾਨ ਕਰਨਾ ਮੇਰੀ ਮਜਬੂਰੀ ਵੀ ਹੈ ਅਤੇ ਇਸ ਟਾਈਮ ਦੀ ਜ਼ਰੂਰਤ ਵੀ ਹੈ। ਅਤੇ ਜੱਸੀ ਜਸਰਾਜ ਨੇ ਦੁਬਾਰਾ ਆਮ ਆਦਮੀ ਪਾਰਟੀ ਦੇ ਵਿੱਚ ਆਪਣਾ ਫਿਰ ਯੋਗਦਾਨ ਪਾਇਆ, ਫਿਰ ਸਾਰੀ ਜਗ੍ਹਾ ਆਪਣੀਆਂ ਸਪੀਚਿਸ ਕੀਤੀਆਂ। ਇੱਕ ਦਿਨ 'ਚ ਮੈਂ 600-700 ਕਿਲੋਮੀਟਰ ਦੇ ਸਫ਼ਰ ਕੀਤੇ। ਅੰਮ੍ਰਿਤਸਰ ਤੋਂ ਕਹਿੰਦੇ ਸੀ ਪਟਿਆਲਾ ਚਲੇ ਜਾਓ, ਪਟਿਆਲਾ ਸੇ ਵਾਹਾਂ ਚਲੇ ਜਾਓ, ਉਹ ਮੈਂ ਕਿਹਾ ਮੈਨੂੰ ਅੰਮ੍ਰਿਤਸਰ 'ਚ ਹੀ ਰੱਖ ਲਓ, ਨਹੀਂ ਜੀ ਕਹਿੰਦੇ ਸ਼ਡਿਊਲ ਬਣ ਚੁੱਕਾ ਹੈ। ਉਹ ਮੈਂ ਕਿਹਾ ਜਿੰਨਾ ਟਾਈਮ ਮੈਂ ਅੰਮ੍ਰਿਤਸਰ ਤੋਂ ਪਟਿਆਲਾ ਸਫ਼ਰ ਕਰਦਾ, ਜੇ ਤੁਸੀਂ ਮੈਨੂੰ ਸਾਰਾ ਦਿਨ ਅੰਮ੍ਰਿਤਸਰ 'ਚ ਯੂਟੀਲਾਈਜ਼ ਕਰ ਲਓ, ਅਗਲੇ ਦਿਨ ਪਟਿਆਲਾ ਫਤਿਹਗੜ੍ਹ ਸਾਹਿਬ ਇਹਦੇ ਨੇੜੇ ਤੇੜੇ ਯੂਟੀਲਾਈਜ਼ ਕਰ ਲਓ, ਤਾਂ ਮੇਰਾ ਟਾਈਮ ਬਚ ਜਾਏਗਾ। ਪਰ ਕੋਈ ਸੁਣਨ ਨੂੰ ਤਿਆਰ ਨਹੀਂ ਸੀ, ਨਾ ਜੀ ਸੰਜੇ ਜੀ ਕਾ ਹੁਕਮ ਹੈ ਜੀ, ਜਾਂ ਦਿੱਲੀ ਲੀਡਰਸ਼ਿਪ ਬਣਾ ਰਹੀ ਹੈ ਜੀ ਪਲੈਨਿੰਗ। ਉਹ ਮੈਂ ਕਿਹਾ ਹੁਣ ਤੁਹਾਨੂੰ ਕਹਿ ਤਾਂ ਸਕਦੇ ਨਹੀਂ, ਤੁਸੀਂ ਫਿਰ ਸਾਨੂੰ ਕਹੋਗੇ। ਅਸੀਂ ਫਿਰ ਉਹ ਸੀਟਾਂ ਜਿੱਤ ਕੇ ਦਿੱਤੀਆਂ ਜਿੱਥੇ ਕੰਵਰ ਸੰਧੂ ਸਾਹਿਬ 2000+ ਵੋਟਾਂ ਤੋਂ ਜਿੱਤੇ ਨੇ। ਮੇਰਾ ਪਿੰਡ ਹੈ ਸੋਹਾਲੀ, ਮੇਰੇ ਪਿੰਡ 'ਚੋਂ 750 ਤੋਂ ਵੱਧ ਵੋਟ ਆਮ ਆਦਮੀ ਪਾਰਟੀ ਨੂੰ ਪਈ ਹੈ।
ਬਾਕੀ ਪਿੰਡ ਨੇ ਵੀ ਵੋਟ ਪਾਉਣੀ ਸੀ 925 ਚੋਂ ਅੱਧੇ ਬੰਦੇ ਕਹਿੰਦੇ ਬਾਈ ਤੂੰ ਭੋਲਾ ਆ ਤੈਨੂੰ ਫਿਰ ਠੱਗਣਗੇ, ਕਹਿੰਦੇ ਤੈਨੂੰ ਟਿਕਟ ਕਿਉਂ ਨਹੀਂ ਦਿੱਤੀ, ਕਹਿੰਦੇ ਤੈਨੂੰ ਫਿਰ ਵਰਤਣਗੇ। ਮੈਂ ਕਿਹਾ ਕੁਛ ਨਹੀਂ ਹੁੰਦਾ, ਵਰਤ ਲੈਣ ਦਿਉ ਬਾਈ ਪਿੰਡ ਵਾਲਿਓ, ਇਸ ਵਾਰੀ ਮੇਰੇ ਕਹਿਣ 'ਤੇ ਵੋਟ ਪਾ ਦਿਉ ਆਮ ਆਦਮੀ ਪਾਰਟੀ ਨੂੰ। ਫਿਰ ਆਮ ਆਦਮੀ ਪਾਰਟੀ ਨੂੰ ਵੋਟ ਪਈ ਹੈ, ਕੰਵਰ ਸੰਧੂ ਸਾਹਿਬ ਦੀ ਸੀਟ ਨਿਕਲੀ ਹੈ, ਮੀਤ ਹੇਅਰ ਦੀ ਵੀ 2024 ਵੋਟਾਂ ਤੋਂ ਸੀਟ ਜਿੱਤਿਆ, ਪਰ ਨਹੀਂ ਆਤਮਾ ਨੇ ਗਵਾਹੀ ਨਹੀਂ ਦਿੱਤੀ। 2017 ਤੋਂ ਲੈ ਕੇ ਤੁਸੀਂ ਦੇਖਦੇ ਆਏ ਹੋ ਕਿਵੇਂ ਕਿਵੇਂ ਫੂਲਕਾ ਸਾਹਿਬ ਨੂੰ ਲਾਇਆ ਜਾਂਦਾ, ਫਿਰ ਲਾਇਆ ਜਾਂਦਾ, ਫਿਰ ਉਸ ਤੋਂ ਬਾਅਦ ਫਿਰ ਦੁਬਾਰਾ ਆਪਣੇ LOP ਸੁਖਪਾਲ ਖਹਿਰਾ ਨੂੰ ਲਾਇਆ ਜਾਂਦਾ। ਸੁਖਪਾਲ ਖਹਿਰਾ ਵਧੀਆ ਕੰਮ ਕਰਦੇ ਹੈ, ਚਲੋ ਉਹਨਾਂ ਨੇ ਬੈਂਸਾਂ ਨਾਲ ਨੇੜਤਾ ਵਧਾ ਕੇ ਜੋ ਵੀ ਬਿਹਾਈਂਡ ਦਾ ਸੀਨਸ ਗੱਲ ਸੀ, ਪਰ ਗੱਲ ਤਾਂ ਪੰਜਾਬ ਦੇ ਭਲੇ ਲਈ ਹੋ ਰਹੀ ਸੀ ਕਿਉਂਕਿ ਬੈਂਸ ਬ੍ਰਦਰ ਵੀ ਆਮ ਆਦਮੀ ਪਾਰਟੀ ਦਾ ਹਿੱਸਾ ਹੀ ਸੀ। ਤਾਂ ਪੰਜਾਬੀਆਂ ਨੇ ਪੰਜਾਬ ਵਾਸਤੇ ਸੋਚਣਾ ਉਦੋਂ ਸ਼ੁਰੂ ਕਰਤਾ ਸੀ, ਵੀ ਅੱਜ ਦੇਖਦੇ ਹਾਂ, ਚਲੋ ਉਦੋਂ ਨਹੀਂ ਬੋਲੇ ਜਦੋਂ ਬੋਲਣਾ ਸੀ, ਪਰ ਫਿਰ ਸੁਖਪਾਲ ਖਹਿਰਾ ਵੀ ਹਿਡਨ ਵੋਇਸ 'ਚ ਆਪਣੀ ਗੱਲ ਕਰਦੇ ਰਹੇ, ਪਰ ਉਹਨਾਂ ਨੂੰ ਵੀ ਦੇਖ ਲਓ ਜਦੋਂ ਚੰਗਾ ਕੰਮ ਕਰ ਰਹੇ ਸੀ ਕੱਢ ਕੇ ਬਾਹਰ ਮਾਰਿਆ, ਅਸੀਂ ਫਿਰ ਚੁੱਪ ਰਹੇ। ਆਪਣੇ ਬਠਿੰਡੇ ਕਨਵੈਨਸ਼ਨ ਹੋਈ 2 ਅਗਸਤ ਨੂੰ, ਅਸੀਂ ਉੱਥੇ ਵੀ ਗਏ ਵੀ ਪੰਜਾਬ ਦੇ ਭਲੇ ਲਈ ਲੋਕ ਹੁਣ ਪੰਜਾਬੀ ਇਕਜੁੱਟ ਹੋਣਾ ਸ਼ੁਰੂ ਹੋ ਗਏ। ਸੋ ਆਪ ਮੀਡੀਆ ਨੂੰ ਮੈਂ ਆਪ ਕਹਿਣਾ ਚਾਹੁੰਦਾ ਕਿ ਅਸੀਂ ਵੀ ਸਾਰੇ ਪੰਜਾਬ 'ਚੋਂ ਹੀ ਹਾਂ, ਅਸੀਂ ਇਸੇ ਸਰਹੱਦ ਦੇ ਵਿੱਚ ਰਹਿੰਦੇ, ਇਸੇ ਦੇਸ਼ 'ਚ ਰਹਿੰਦੇ ਹਾਂ। ਦਿੱਲੀ ਵਾਲਿਆਂ 'ਚ ਕੋਈ ਫੁੱਟ ਉਹਨਾਂ ਦਿਨਾਂ 'ਚ ਵੀ ਨਹੀਂ ਦੇਖੀ ਗਈ, ਕਦੀ ਸੰਜੇ ਨੇ ਦੁਰਗੇਸ਼ ਵਿਰੁੱਧ ਨਹੀਂ ਬੋਲਿਆ, ਦੁਰਗੇਸ਼ ਨੇ ਸੰਜੇ ਵਿਰੁੱਧ ਨਹੀਂ ਬੋਲਿਆ, ਕੇਜਰੀਵਾਲ ਨੇ ਸੰਜੇ ਦੁਰਗੇਸ਼ ਨੂੰ ਆਪਣੇ ਲਾਡਲੇ ਬੱਚੇ ਬਣਾ ਕੇ ਅੱਜ ਵੀ ਰੱਖਿਆ ਹੋਇਆ, ਸੰਜੇ ਸਿੰਘ ਨੂੰ ਉੱਥੇ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ, ਦੁਰਗੇਸ਼ ਪਾਠਕ ਉੱਥੇ ਬੈਠਾ ਅੱਜ ਵੀ ਪੰਜਾਬ ਚਲਾ ਰਿਹਾ। ਪਰ ਸਾਡੇ ਪੰਜਾਬੀਆਂ ਨੇ ਸਿਰ ਨਹੀਂ ਜੋੜੇ, ਸਾਡੇ ਪੰਜਾਬੀਆਂ ਨੇ ਚਾਹੇ ਨੇਮ ਇਟ, ਈਵਨ ਮਿਸਟਰ ਫੂਲਕਾ ਔਰ ਮਿਸਟਰ ਕੰਵਰ ਸੰਧੂ, ਮਿਸਟਰ ਖਹਿਰਾ, ਫਿਊ ਆਫ ਦੈਮ ਦੇ ਟਰਾਈਡ ਕਿ ਆਓ ਯਾਰ ਸਿਰ ਜੋੜ ਲਈਏ। ਇੱਕ ਅੱਧੇ ਨੂੰ ਕੋਈ ਨਾ ਕੋਈ ਪ੍ਰਲੋਭਨ ਲਾਲਚ ਦਿੱਲੀ ਦੇਈ ਰੱਖਦੀ ਸੀ, ਉਹ ਆਪਕੋ ਤਾਂ ਹੁਣ ਦੇਖਦੇ ਹਾਂ ਕੁਛ ਔਰ ਦੇ ਬਣਾਉਣਾ ਚਾਹਤੇ ਹੈ। ਸਾਡੇ ਪੰਜਾਬੀਆਂ ਨੇ ਸਿਰ ਨਹੀਂ ਜੋੜਿਆ, ਅਤੇ ਉਹੀ ਜਿਹੜੀ ਫੁੱਟ ਪਾਓ ਅਤੇ ਰਾਜ ਕਰੋ ਦੀ ਰਾਜਨੀਤੀ ਤਹਿਤ ਪੰਜਾਬੀ ਅਸੀਂ ਵੰਡੇ ਰਹੇ ਸਾਡੇ ਲੀਡਰ, ਅਤੇ ਅੱਜ ਜਿਹੜੇ ਹਾਲਾਤ ਨੇ ਪੰਜਾਬ ਦੇ ਵਿੱਚ ਉਹ ਤੁਸੀਂ ਦੇਖ ਰਹੇ ਹੋ। ਹੁਣ ਸਾਡੇ ਜਿਹੜੇ ਮੇਰੇ ਮੈਂ ਕਿਉਂਕਿ ਕੈਨੇਡਾ ਰਹਿ ਕੇ ਆਇਆ, ਬਾਈ ਰੋਡ ਮੈਂ 4000 ਕਿਲੋਮੀਟਰ ਦਾ ਸਫ਼ਰ ਉੱਥੇ ਕੀਤਾ ਆ, ਅਤੇ ਉੱਥੇ ਲੋਕਾਂ ਨੂੰ ਮਿਲ ਕੇ ਲੋਕ ਕੀ ਸੋਚਦੇ ਆ, NRI ਕੀ ਸੋਚਦੇ ਆ, ਪੰਜਾਬੀਆਂ ਦਾ ਤਾਂ ਪਤਾ ਵੀ ਪੰਜਾਬੀ ਜਿਹੜੇ ਹੈਗੇ ਆ ਉਹ ਕਨਫਿਊਜ਼ਡ ਨੇ ਕੀ ਕਰੀਏ, ਕਿਉਂਕਿ ਦੁੱਧ ਦਾ ਸੜਿਆ ਲੱਸੀ ਨੂੰ ਫੂਕਾਂ ਮਾਰ ਕੇ ਪੀਂਦਾ, ਵੰਸ ਬਿਟਨ ਟਵਾਈਸ ਸ਼ਾਏ, ਉਹ ਵਾਲੇ ਹਾਲਾਤ ਦੇ ਵਿੱਚ ਅੱਜ ਜੋ ਆਮ ਆਦਮੀ ਪਾਰਟੀ ਦਾ ਪਤਨ ਹੋ ਰਿਹਾ ਸੀ, ਉਹਦੇ ਵਿੱਚ ਵੀ ਜੱਸੀ ਜਸਰਾਜ ਨੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ 17 ਜਨਵਰੀ ਨੂੰ ਮੇਲ ਲਿਖੀ ਹੈ ਕਿ ਤੁਸੀਂ ਆ ਕੇ ਸਾਡੀ ਜਿਹੜੇ ਸਾਡੇ ਵਲੰਟੀਅਰਸ ਦੇ ਕੁਐਸਚਨ ਨੇ, ਜਿਹੜੇ ਸਾਡੇ ਕੁਐਸਚਨ ਨੇ, ਉਹਨਾਂ ਦਾ ਜਵਾਬ ਦੇ ਦਿਉ, ਤੁਸੀਂ ਇੱਥੇ ਆਉਣਾ ਆ ਬਰਨਾਲੇ ਰੈਲੀ 'ਤੇ, ਅਸੀਂ ਤੁਹਾਨੂੰ 17 ਤਰੀਕ ਨੂੰ ਮੇਲ ਲਿਖ ਰਹੇ ਹਾਂ, 20 ਤਰੀਕ ਨੂੰ ਤੁਹਾਡੀ ਰੈਲੀ ਹੈ, 21 ਤਰੀਕ ਤੱਕ ਦਾ ਤੁਹਾਡੇ ਕੋਲ ਸਮਾਂ ਆ, ਜੇ ਤੁਸੀਂ ਆ ਜਾਂਦੇ ਹੋ ਸਾਡੇ ਨਾਲ ਗੱਲ ਕਰਦੇ ਹੋ, ਸਾਡੇ ਪ੍ਰਸ਼ਨਾਂ ਦਾ ਸੰਤੁਸ਼ਟੀਜਨਕ ਉੱਤਰ ਦਿੰਦੇ ਹੋ ਅਤੇ ਸੰਜੇ ਦੁਰਗੇਸ਼ ਨੂੰ ਬਣਦੀ ਸਜ਼ਾ ਦੇਣ ਨੂੰ ਤਿਆਰ ਹੋ, ਤਾਂ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਰਹਿਣ ਬਾਰੇ ਸੋਚ ਸਕਦੇ ਹਾਂ, ਨਹੀਂ ਤਾਂ ਮੈਂ ਅਸਤੀਫਾ ਦਊਂਗਾ। ਤੁਸੀਂ ਦੇਖ ਲਓ ਵੀ ਜੁਰਤ ਇਹਨਾਂ ਦੀ, ਹਾਈ ਹੈਡਡਨੈਸ ਜਿਹੜਾ ਕਹਿੰਦੇ ਆ, ਪਾਵਰ ਦਿਮਾਗ ਨੂੰ ਚੜ੍ਹੀ ਹੋਈ ਹੈ, ਐਡੇ ਪਤਨ ਦੇ ਹਾਲਾਤਾਂ ਦੇ ਵਿੱਚ ਨਾ ਕੇਜਰੀਵਾਲ ਨਾ ਭਗਵੰਤ ਕਿਸੇ ਦਾ ਫੋਨ ਨਹੀਂ ਆਇਆ, ਕਿਹਦਾ ਫੋਨ ਆਉਂਦਾ, ਜਿਹੜੇ ਉਹ ਅਹੁਦੇਦਾਰ ਨੇ, ਅਹੁਦੇਦਾਰਾਂ ਕੋਲ ਵਿਚਾਰਿਆਂ ਕੋਲ ਪਾਵਰ ਕਿੰਨੀ ਕੁ ਹੁੰਦੀ ਹੈ, ਜੱਸੀ ਬਾਈ ਨਾ ਜਾਈਂ ਬਾਈ ਤੇਰੇ ਕਰਕੇ ਥੋੜ੍ਹੀ ਉਮੀਦ ਜੇ ਆਉਂਦੀ ਹੈ, ਬਾਈ ਆਪਾਂ ਸਾਂਭ ਲਾਂਗੇ ਆਪਾਂ ਕਰ ਲਾਂਗੇ, ਵਲੰਟੀਅਰਸ ਹਜ਼ਾਰਾਂ ਵਲੰਟੀਅਰਸ ਦਾ ਫੋਨ ਆਇਆ 21 ਤੋਂ ਬਾਅਦ, ਅੱਜ 28-29 ਨੂੰ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ, ਉਹ ਕਹਿੰਦੇ ਬਾਈ ਰੁਕ ਜਾ ਅਸੀਂ ਗੱਲ ਕਰ ਰਹੇ ਹਾਂ, ਮੈਂ ਕਿਹਾ ਤੁਸੀਂ ਦੇਖ ਲਿਓ ਲਾ ਲਿਓ ਜ਼ੋਰ, ਉਹ ਬੰਦੇ ਕਦੀ ਵੀ ਪੰਜਾਬ ਦੇ ਹਿੱਤ ਵਿੱਚ ਜੇ ਸਿਰ ਨਵਾਉਣਾ ਪੈ ਜੇ, ਜੇ ਆਪਣੀ ਗਲਤੀ ਮੰਨਣੀ ਪੈ ਜੇ ਤਾਂ ਕੋਈ ਗੁਨਾਹ ਨਹੀਂ ਹੁੰਦਾ, ਪਰ ਨਾ ਭਗਵੰਤ ਨੇ ਤਾਂ ਕੇਜਰੀਵਾਲ ਨੇ ਸਾਨੂੰ ਇੱਕ ਵਾਰ ਅਪਰੋਚ ਨਹੀਂ ਕੀਤਾ।
ਅੱਜ ਅਸੀਂ ਹਾਰ ਕੇ ਜੱਸੀ ਜਸਰਾਜ ਮੈਂ ਅਸਤੀਫਾ ਦੇ ਰਿਹਾ ਆਮ ਆਦਮੀ ਪਾਰਟੀ ਦੇ ਸਾਰੀਆਂ ਜੋ ਵੀ ਮੈਨੂੰ ਕੋਈ ਅਹੁਦੇ ਸੀ ਸਾਰੀਆਂ ਚੀਜ਼ਾਂ ਤੋਂ ਪ੍ਰਾਇਮਰੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਾ ਅਤੇ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਮੈਂ ਆਗਾਹ ਕਰਦਾ ਅਤੇ ਵਾਰਨ ਕਰਦਾ ਕਿ ਮੇਰੇ ਗੀਤ ਇਨਕਲਾਬ ਅਤੇ ਇਨਕਲਾਬ 2 ਉਹਨਾਂ ਦੀ ਇੱਕ ਲਾਈਨ ਵੀ ਤੁਸੀਂ ਆਪਣੀ ਕਿਸੇ ਕੰਪੇਨਿੰਗ ਦੇ ਵਿੱਚ ਨਹੀਂ ਚਲਾਓਗੇ। ਜੇ ਤੁਸੀਂ ਚਲਾਓਗੇ ਤਾਂ ਸਾਡੀ ਜਸਰਾਜ ਰਿਕਾਰਡਸ ਕੰਪਨੀ ਅਸੀਂ 5.5 ਕਰੋੜ ਰੁਪਏ ਦਾ ਇੱਕ ਵਾਰ ਜੇ ਤੁਸੀਂ ਪਲੇ ਕੀਤਾ ਸਾਡਾ ਗਾਣਾ ਕਿਤੇ ਵੀ ਅਸੀਂ ਤੁਹਾਡੇ 'ਤੇ ਦਾਅਵਾ ਠੋਕਾਂਗੇ। ਸਾਡੀ ਪਿਓਰਿਟੀ ਆਫ ਲਿਰਿਕਸ, ਸਾਡੀ ਪਿਓਰਿਟੀ ਜਿਹੜੀ ਸਾਡੀ ਆਤਮਾ ਦੀ ਜਿਹੜੇ ਬੋਲ ਲਿਖੇ ਗਏ ਨੇ, ਜਿਹੜੀ ਅਸੀਂ ਆਪਣੀ ਆਵਾਜ਼ ਦਿੱਤੀ ਹੈ, ਜਿਹੜੀ ਆਪਣੀ ਸਪੀਚ ਦਿੱਤੀ ਹੈ, ਜਿਹੜਾ ਮਿਊਜ਼ਿਕ ਦਿੱਤਾ, ਉਹਦੇ ਤੁਸੀਂ ਹੁਣ ਗਾਂ ਹੱਕਦਾਰ ਨਹੀਂ। ਅਤੇ ਸਾਡੀ ਅਸੀਂ ਇੱਕ ਗਦਰ ਫੈਡਰੇਸ਼ਨ ਬਣਾਈ ਹੈ ਕਿਉਂਕਿ ਕੇਜਰੀਵਾਲ ਤੋਂ ਪੀੜਿਤ ਲੋਕ ਉਹ ਹੁਣ ਫਿਰ ਛਾਂ ਲੱਭਦੇ ਫਿਰਦੇ ਆ, ਜਿਹੜੇ ਹੰਬਲਾ ਮਾਰਨਾ ਚਾਹੁੰਦੇ ਆ NRI, ਜਿਹੜੇ ਇੱਥੋਂ ਦੇ ਲੋਕ ਹੰਬਲਾ ਮਾਰਨਾ ਚਾਹੁੰਦੇ ਆ, ਜਿਹੜੇ ਵਲੰਟੀਅਰ ਜਿਹੜੇ ਠੱਗੇ ਹੋਏ ਨੇ ਉਹ ਸਾਰੇ ਹੰਬਲਾ ਮਾਰਨਾ ਚਾਹੁੰਦੇ ਆ ਕਿ ਆਓ ਯਾਰ ਪੰਜਾਬ ਨੂੰ ਇੱਕ ਨਵੀਂ ਨਿਹਾਰ ਦੇਈਏ। ਉਹਨਾਂ ਸਾਰੇ ਵਲੰਟੀਅਰਸ ਦੀ ਮੇਰੇ ਨਾਲ ਰਾਬਤਾ ਕਾਇਮ ਹੈ ਇੰਟਰਨੈਸ਼ਨਲੀ। ਉਹ ਸਾਰੇ ਕੋਈ ਕਹਿੰਦਾ ਬਾਈ ਇੱਧਰ ਚੱਲ ਜਾ ਹੁਣ ਇਹਨੂੰ ਜੁਆਇਨ ਕਰ ਲਾ, ਕੋਈ ਉੱਧਰ ਚੱਲ ਜਾ ਉੱਧਰ ਜੁਆਇਨ ਕਰ ਜਾ, ਕਿਉਂਕਿ ਉਹਨਾਂ ਨੂੰ ਸੱਚ ਨਹੀਂ ਪਤਾ ਹੁੰਦਾ। ਅਸੀਂ ਸੱਚ ਪਰਖ ਕੇ ਆਪਣੀ ਗਦਰ ਫੈਡਰੇਸ਼ਨ ਦੇ ਜਿਹੜੇ ਨੁਮਾਇੰਦੇ ਨੇ, ਜਿਹੜੇ ਸਾਡੇ ਸੁਚੱਜੇ ਦਿਮਾਗ ਨੇ, ਕਿਉਂਕਿ ਮੈਨੂੰ ਸਿਆਸਤ ਨਹੀਂ ਆਉਂਦੀ, ਉਹ ਸੁਚੱਜੇ ਦਿਮਾਗ ਕਹਿੰਦੇ ਵੀ ਹਲੇ ਜੱਸੀ ਕਾਹਲੀ ਨਹੀਂ ਕਰਨੀ, ਅਸੀਂ ਉਹਨਾਂ ਨੂੰ ਟਣਕਾ ਕੇ ਦੇਖਾਂਗੇ ਜਿਹੜੇ ਅੱਜ ਕਹਿੰਦੇ ਹੁਣ ਅਸੀਂ ਪੰਜਾਬ ਬਚਾਵਾਂਗੇ, ਅਸੀਂ ਜਾ ਕੇ ਆਵਾਂਗੇ ਉਹਨਾਂ ਕੋਲ, ਕਿਉਂਕਿ ਹੋ ਸਕਦਾ ਉਹਨਾਂ ਨੂੰ ਸਿਆਸਤ ਦਾ ਤਜਰਬਾ ਸਾਡੇ ਨਾਲੋਂ ਜ਼ਿਆਦਾ ਹੋਵੇ, ਹੋ ਸਕਦਾ ਉਹਨਾਂ ਨੇ ਉੱਚੀਆਂ ਪਦਵੀਆਂ ਕਿਸੇ ਪਾਰਟੀ 'ਚ ਮਾਣ ਕੇ ਉਹਨਾਂ ਨੂੰ ਪਤਾ ਹੋਵੇ ਕਿਵੇਂ ਗੰਢ ਧੁੱਪ ਹੁੰਦੀ ਹੈ। ਪਰ ਹਾਂ, ਉਹਨਾਂ 'ਚੋਂ ਕਿਸੇ ਨੂੰ ਵੀ ਇਹ ਨਹੀਂ ਪਤਾ ਕਿ ਯਾਰ ਜਿਹੜੀ ਰੈਵੋਲੂਸ਼ਨਰੀ ਸਪਿਰਿਟ ਹੈ, ਜਿਹੜੀ ਲੋਕਾਂ 'ਚ ਇੱਕ ਦੁਬਾਰਾ ਇੱਕ ਢਹਿ ਢੇਰੀ ਹੋਏ ਹੌਸਲਿਆਂ ਨੂੰ ਦੁਬਾਰਾ ਚੱਕਣ ਲਈ, ਉਹ ਸਪਿਰਿਟ ਉਹਨਾਂ ਕੋਲ ਹੋ ਨਹੀਂ ਸਕਦੀ, ਕਿਉਂਕਿ ਇਹ ਜਾਂ ਤਾਂ ਬੰਦਾ ਕੋਈ ਬਚਪਨ 'ਚ ਲੈ ਕੇ ਪੈਦਾ ਹੁੰਦਾ, ਉਹ ਦੂਜੀਆਂ ਪਾਰਟੀਆਂ ਦੀ ਜੂਠ ਖਾ ਕੇ ਛੇਤੀ ਉਹ ਮਰ ਜਾਂਦੀ ਹੈ। ਸੋ ਅਸੀਂ ਉਹ ਗਦਰ ਫੈਡਰੇਸ਼ਨ ਦੇ ਤਹਿਤ ਉਹਨਾਂ ਸਾਰਿਆਂ ਕੋਲ ਜਾਵਾਂਗੇ ਜਿਹੜੇ ਅੱਜ ਕਹਿੰਦੇ ਆ ਜੀ ਅਸੀਂ ਹੁਣ ਅਸੀਂ ਪੰਜਾਬ ਬਚਾਵਾਂਗੇ, ਉਹ ਨਹੀਂ ਬਚਾ ਪਾਏ। ਅਤੇ ਜੋ ਉਹਨਾਂ ਦਾ ਗਾਂ ਦਾ ਪਲੈਨ ਹੋਇਆ ਉਹ ਸੁਣਾਂਗੇ, ਸਮਝਾਂਗੇ, ਪੋਲੀਟੀਕਲੀ ਹੋਰ ਮੈਚਿਓਰ ਹੋਏ ਹਾਂ, ਜਜ਼ਬਾਤਾਂ ਤੋਂ ਉੱਪਰ ਉੱਠ ਕੇ ਥੋੜ੍ਹਾ ਜਿਹਾ ਹੁਣ ਅੱਖ ਪੜ੍ਹਨੀ ਸ਼ੁਰੂ ਕੀਤੀ ਹੈ ਸਿਆਸਤਦਾਨਾਂ ਦੀ, ਤਾਂ ਉਹਦੇ ਹਿਸਾਬ ਨਾਲ ਅਗਲਾ ਕਦਮ ਲਵਾਂਗੇ। ਪਿਛਲੀ ਵਾਰ ਅਨੰਦਪੁਰ ਸਾਹਿਬ ਮੈਨੂੰ ਇੱਥੋਂ ਦੇ ਲੋਕ, ਕਿਉਂਕਿ ਮੇਰਾ ਪਿੰਡ, ਮੇਰੇ ਨਾਨਕੇ, ਮੇਰੀਆਂ ਭੂਆ, ਮੇਰੇ ਪੜ੍ਹਾਈ ਲਿਖਾਈ, ਮੇਰੇ ਸਾਰੇ ਕਲਾਸਮੇਟ, ਮੈਕਸੀਮਮ ਮੇਰਾ ਸਰਕਲ ਇੱਥੇ ਹੈ, ਉਹਨਾਂ ਨੇ ਕਿਹਾ ਸੀ ਜੱਸੀ ਜੇ ਤੂੰ ਇੱਥੋਂ ਇਲੈਕਸ਼ਨ ਲੜਦਾ ਤਾਂ ਕਹਿੰਦੇ ਤੂੰ ਪੱਕਾ ਜਿੱਤਦਾ। ਅਤੇ ਕੇਜਰੀਵਾਲ ਨੂੰ ਇੱਕ ਰਿਟਰਨ ਮੇਲ ਪਈ ਹੈ ਜਿਹਦੇ 'ਚ ਮੈਂ ਕਿਹਾ ਸੀ ਜੇ 25,000 ਤੋਂ 35,000 ਵੋਟ ਤੋਂ ਤੁਸੀਂ ਅਨੰਦਪੁਰ ਹਾਰੇ ਕੇਜਰੀਵਾਲ ਸਾਹਿਬ ਤਾਂ ਜੱਸੀ ਜਸਰਾਜ ਨੂੰ ਯਾਦ ਕਰੋਗੇ, ਇਹ ਸੀਟ ਮੈਂ ਤੁਹਾਨੂੰ ਜਿੱਤ ਕੇ ਦੇ ਸਕਦਾ। ਪਰ ਉਹਨਾਂ ਨੇ ਉਦੋਂ ਕਿਹਾ ਵੀ ਵੈਸੇ ਹੀ ਮਾਰਦਾ ਹੋਣਾ, ਅਤੇ ਤੁਸੀਂ ਦੇਖ ਲਓ 36,000 ਵੋਟ ਤੋਂ ਸਾਡਾ ਘੁੱਦੂ ਜਿਹਾ ਵਕੀਲ ਸੀ ਕੁਰੇ ਉਹ ਜਿੱਤਿਆ, ਉਹ ਹਾਰਿਆ, ਉਹ ਕਹਿੰਦਾ ਜੀ ਮੈਨੂੰ ਪੈ ਗਈ ਵੋਟ। ਉਦੋਂ ਇੱਕ ਜਲੋ ਜਲਾਲ ਸੀ, ਉਦੋਂ ਇੱਕ ਲੋਕ, ਕਿਉਂਕਿ ਸਾਡੇ ਇੱਧਰ ਦੇ ਲੋਕ ਇਨਕਲਾਬੀ ਨੇ ਪੰਜਾਬ ਦੇ, ਉਹ ਉਸ ਸਪਿਰਿਟ ਨੂੰ ਵੋਟ ਪਈ ਸੀ, ਉਹਨਾਂ ਨੂੰ ਲੱਗਿਆ ਸਾਨੂੰ ਪਈ ਹੈ। ਪਰ ਇਸ ਵਾਰ ਅਸੀਂ ਅਨੰਦਪੁਰ ਸਾਹਿਬ ਤੋਂ ਅੱਜ ਜਾਂ ਮੈਕਸੀਮਮ ਕੱਲ੍ਹ ਤੱਕ ਮੈਂ ਆਪਣੀ ਮਾਤਾ ਨਾਲ ਜਾਊਂਗਾ, ਉੱਥੇ ਜਾ ਕੇ ਅਸੀਂ ਸੇਵਾ ਕਰਾਂਗੇ, ਉੱਥੇ ਮੈਂ ਦੇਖੂੰਗਾ ਵੀ ਗੁਰੂ ਦਾ ਕੀ ਹੁਕਮ ਆਉਂਦਾ, ਕਿਉਂਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਗੁਰੂ ਦੇ ਹੁਕਮ ਦੇ ਵਿੱਚ ਅੱਜ ਜੋ ਵੀ
ਜੱਸੀ ਨੇ 2015-16 'ਚ ਕਿਹਾ, ਅੱਜ NRI ਰੋ ਰੋ ਕੇ ਵੀ ਮਾਫੀਆਂ ਮੰਗਦੇ ਨੇ ਵੀ ਜੱਸੀ ਅਸੀਂ ਤੈਨੂੰ ਸੁਣ ਨਹੀਂ ਸਕੇ, ਅਸੀਂ ਤੈਨੂੰ ਸਮਝ ਨਹੀਂ ਸਕੇ। ਉਦੋਂ ਵੀ ਉਹ ਗੁਰੂ ਹੀ ਕੁਹਾ ਰਿਹਾ ਸੀ, ਗੁਰੂ ਨੇ ਹੀ ਸੱਚ 'ਤੇ ਖੜ੍ਹੇ ਰਹਿਣ ਦੀ ਤਾਕਤ ਦਿੱਤੀ, ਜਦੋਂ ਸਾਰਾ ਪੰਜਾਬ ਦੇ ਮੈਕਸੀਮਮ ਲੋਕ ਗਾਲਾਂ ਕੱਢਦੇ ਸੀ ਵੀ ਜੱਸੀ ਤੂੰ ਗਲਤ ਕਹਿਣਾ, ਪਾਰਟੀ ਤਾਂ ਜਿੱਤ ਰਹੀ ਹੈ, ਪਾਰਟੀ ਜਿੱਤ ਰਹੀ ਹੈ। ਅੱਜ ਉਹੀ ਬੰਦੇ ਕਹਿੰਦੇ ਤੇਰਾ ਇਕੱਲਾ ਇਕੱਲਾ ਲਫ਼ਜ਼ ਸੱਚ ਹੋਇਆ, ਉਹ ਮੇਰਾ ਲਫ਼ਜ਼ ਨਹੀਂ ਸੀ, ਉਹ ਮੇਰੇ ਗੁਰੂ ਦਾ ਲਫ਼ਜ਼ ਸੀ, ਉਹਦੇ ਵੱਲੋਂ ਕੁਹਾ। ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਨੇ, ਕਿਉਂਕਿ ਜਦੋਂ 70-67 ਆ ਗਈਆਂ ਤਾਂ ਉਹ ਚੀਜ਼ ਮਾਰਦੀ ਹੈ। ਮੋਦੀ ਸਾਹਿਬ ਨੂੰ ਫੁੱਲ ਮੈਜੋਰਿਟੀ ਮਿਲੀ, ਉਹ ਚੀਜ਼ ਨੇ ਦੇਸ਼ ਡਬੋਤਾ, ਕਿਉਂਕਿ ਅਗਲਾ ਕਹਿੰਦਾ ਹੁਣ ਸਾਡਾ ਕੀ ਵਿਗਾੜ ਲਉਂਗੇ, ਜੇ 4-5 ਇੱਧਰ ਉੱਧਰ ਭੱਜ ਵੀ ਗਏ ਤਾਂ ਵੀ ਚਮਦੀਆਂ ਚਲਾਵਾਂਗੇ। ਕੇਜਰੀਵਾਲ ਸਾਹਿਬ ਦੀਆਂ ਜੇ 70-67 ਨਾ ਆਈਆਂ ਹੁੰਦੀਆਂ, ਨਾ ਯੋਗਿੰਦਰ ਯਾਦਵ, ਨਾ ਪ੍ਰਸ਼ਾਂਤ ਭੂਸ਼ਣ, ਨਾ ਧਰਮਵੀਰ ਗਾਂਧੀ, ਨਾ ਜੱਸੀ ਜਸਰਾਜ, ਇਹਨਾਂ ਨੂੰ ਕੋਈ ਨਹੀਂ ਸੀ ਕੱਢ ਸਕਦਾ। ਇਹਦੇ 'ਚ ਕੋਈ ਸ਼ੱਕ ਹੀ ਨਹੀਂ ਹੈਗਾ ਜੀ। ਅਸੀਂ, ਮੈਂ ਅਰਵਿੰਦ ਕੇਜਰੀ, ਜਦੋਂ ਮੈਨੂੰ ਪਾਰਟੀ 'ਚੋਂ ਕੱਢਿਆ ਗਿਆ, ਨਾ ਤਾਂ ਮੈਨੂੰ ਕੋਈ ਅਪੀਲ, ਨਾ ਕੋਈ ਦਲੀਲ, ਸਿੱਧਾ ਸੁੱਚਾ ਸਿੰਘ ਛੋਟੇ ਭਰਾਉਂਦੇ ਨੇ ਅੱਗੇ, ਕਹਿ ਦਿੰਦੇ ਜੀ ਇਹਨੂੰ 6 ਸਾਲ ਲਈ ਪਾਰਟੀ 'ਚੋਂ ਕੱਢਿਆ ਜਾਂਦਾ। ਉਹ ਮੈਂ ਕਿਹਾ 6 ਸਾਲ ਲਈ, 6 ਮਹੀਨਿਆਂ ਦੀ ਪਾਰਟੀ ਨਹੀਂ ਹੋਈ ਯਾਰ, ਤੁਸੀਂ ਦੇਖ ਤਾ ਲਓ ਕਰ ਕੀ ਰਹੇ ਹੋ। ਅਸੀਂ ਫਿਰ ਵੀ ਠਰੰਮਾ ਰੱਖਿਆ, ਮੈਂ ਅਰਵਿੰਦ ਕੇਜਰੀਵਾਲ ਦੇ ਘਰ ਬੈਠਾ ਰਿਹਾ 5 ਦਿਨ। ਅਰਵਿੰਦ ਕੇਜਰੀਵਾਲ ਨੇ ਸਾਡੇ ਲਈ ਦਰਵਾਜ਼ੇ ਨਹੀਂ ਖੋਲ੍ਹੇ, ਬਾਹਰ ਦਰਬਾਨਾਂ ਨੂੰ ਕਹਿ ਤਾ ਸੀ ਜੱਸੀ ਕੋ ਅੰਦਰ ਨਹੀਂ ਆਉਣੇ ਦੇਣਾ। ਮੈਂ ਕਿਹਾ ਕੋਈ ਗੱਲ ਨਹੀਂ। ਅਰਵਿੰਦ ਕੇਜਰੀਵਾਲ ਨੂੰ ਮੈਂ ਉਦੋਂ ਵੀ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਤੋਂ ਕਿਹਾ ਸੀ ਕਿ ਜਦੋਂ ਤੁਸੀਂ ਦਰਬਾਰ ਸਾਹਿਬ ਆਓਗੇ ਅਰਵਿੰਦ ਕੇਜਰੀਵਾਲ, ਮੈਂ ਤੁਹਾਨੂੰ ਉੱਥੇ ਮਿਲੂੰਗਾ, ਆਓ ਮੇਰੇ ਨਾਲ ਡਿਬੇਟ ਕਰ ਲਓ। ਤੁਸੀਂ ਗਲਤ ਹੋ, ਤੁਸੀਂ ਗਲਤ ਰਾਹ 'ਤੇ ਹੋ, ਤੁਹਾਨੂੰ ਚੇਲੇ ਚਮਚੇ ਜਾਂ ਕੁਰਸੀਆਂ ਦੇ ਲਾਲਚੀ ਲੋਕ ਸੱਚ ਨਹੀਂ ਦੱਸ ਰਹੇ। ਇਹਨਾਂ ਆਪਹੁਦਰੀਆਂ ਹਰਕਤਾਂ ਦੇ ਨਾਲ ਤੁਸੀਂ ਜਿਹੜੇ ਲੋਕ ਤੁਹਾਨੂੰ ਅੱਜ ਇੱਕ ਪਰਮਾਤਮਾ ਵੱਲੋਂ ਭੇਜੀ ਆਤਮਾ ਸਮਝ ਰਹੇ ਹੈ, ਜਿਨ੍ਹਾਂ ਨੂੰ ਸਿਆਸਤ ਦਾ ਨਹੀਂ ਪਤਾ, ਉਹਨਾਂ ਨੂੰ ਤੁਹਾਡੇ 'ਚੋਂ ਰੱਬ ਦਿਖਦਾ, ਉਹ ਬੰਦੇ ਠੋਕਰ ਖਾ ਲੈਣਗੇ ਅੱਗੇ ਅਗਰ ਤੁਸੀਂ ਇਹ ਹਰਕਤਾਂ ਨਾ ਬੰਦ ਕੀਤੀਆਂ। ਨਾ ਅਰਵਿੰਦ ਨੂੰ, ਸੰਜੇ ਦੁਰਗੇਸ਼ ਨੂੰ ਤਾਂ ਇੱਥੇ ਇੰਨੇ ਸਰਦਾਰ ਕਹਿੰਦੇ ਕਹਾਉਂਦੇ ਸਰਦਾਰ, ਨੋਟਾਂ ਦੀਆਂ ਢੇਰੀਆਂ ਲੈ ਕੇ ਇਹਨਾਂ ਦੇ ਪੈਰਾਂ 'ਚ ਬੈਠੇ ਸੀ, ਉਹਨਾਂ ਨੂੰ ਤਾਂ ਕਿੱਥੇ ਦਿਖਣਾ ਸੀ, ਉਹ ਭੁੱਖੇ ਨੰਗੇ ਉੱਥੋਂ ਆਏ ਹੋਏ। ਇੱਥੋਂ ਦੀ ਅੱਜ ਉਹਨਾਂ ਦੀ ਧੌਣ ਵੀ ਗਾਇਬ ਹੋ ਗਈ, ਐਡੀ ਧੌਣ ਵਿੱਚ ਵੜ ਗਈ ਕਿੱਥੋਂ। ਪੰਜਾਬ ਨੇ ਪੰਜਾਬ ਨੂੰ ਲੁੱਟਿਆ ਹੋਇਆ ਪੈਸਾ ਉਹਨਾਂ ਕੋਲ ਹੈ, NRI-ਆਂ ਤੋਂ ਆਇਆ ਹੋਇਆ ਪੈਸਾ ਉਹਨਾਂ ਕੋਲ ਹੈ, ਅੱਜ NRI ਹਿਸਾਬ ਮੰਗਦੇ ਕੋਈ ਨਹੀਂ ਦਿੰਦਾ। ਤੁਸੀਂ ਕਿਹੜੇ ਕੰਮ ਕਰਦੇ ਸੀ ਉਹਦੇ 'ਤੇ ਅੱਜ ਦੀ ਡੇਟ 'ਚ ਆਮ ਆਦਮੀ ਪਾਰਟੀ? ਮੈਂ ਵਲੰਟੀਅਰ ਸੀਗਾ ਜੀ, ਜਦੋਂ ਇਹਨਾਂ ਨੇ ਮੈਨੂੰ ਵਾਪਸ ਪਾਰਟੀ 'ਚ ਲਿਆ ਸੀ, ਆਉਂਦੇ ਹੀ ਮੈਨੂੰ ਵਾਈਸ ਪ੍ਰੈਜੀਡੈਂਟ ਬਣਾ ਤਾ ਸੀ ਅਤੇ ਸਟਾਰ ਕੰਪੇਨਰ ਬਣਾ ਤਾ ਸੀਗਾ। ਉਹ ਤੋਂ ਬਾਅਦ ਅੱਜ ਤੱਕ ਤਾਂ ਮੈਨੂੰ ਕੋਈ ਚਿੱਠੀ ਆਈ ਨਹੀਂ ਇਹਨਾਂ ਦੀ ਵੀ ਮੈਨੂੰ ਵਾਈਸ ਪ੍ਰੈਜੀਡੈਂਟ ਤੋਂ ਜਾਂ ਉਹਦੇ ਤੋਂ ਲਾਇਆ ਗਿਆ ਹੋਵੇ। ਅਤੇ ਦੇਖੋ, ਅਸੀਂ ਸਾਡੀ ਟੀਮ ਜਿਹੜੀ ਗਦਰ ਫੈਡਰੇਸ਼ਨ ਹੈ, ਕਿਉਂਕਿ ਮੈਨੂੰ ਤਾਂ ਉਹ ਕਹਿੰਦੇ ਯਾਰ ਤੂੰ ਨਾ ਜਜ਼ਬਾਤੀ ਹੈ। ਮੈਂ ਕਿਹਾ ਮੰਨ ਲੈਂਦਾ ਮੈਂ ਜਜ਼ਬਾਤੀ ਹੈ, ਮੈਂ ਕਿਹਾ ਪਰ ਜਿਹੜਾ ਵੋਟਰ ਹੈ ਨਾ, ਉਹ ਵੋਟਰ ਵੀ ਜਜ਼ਬਾਤੀ ਹੈ। ਮੈਂ ਕਿਹਾ ਮੇਰੇ ਵਰਗਾ ਹੀ ਹੈ, ਮੈਨੂੰ ਉਹਨਾਂ 'ਚ ਆਪਣਾ ਆਪ ਦਿਖਦਾ ਵੀ ਯਾਰ ਇਹ ਵਿਚਾਰੇ ਕਿਉਂ ਵੋਟ ਪਾਉਣ। ਉਹਨਾਂ ਵੋਟਰਾਂ ਦੇ ਲਈ ਜੋ ਉਹ ਸੋਚਦੇ ਨੇ ਉਹ ਸੱਚ ਮੈਂ ਸਾਰਿਆਂ ਕੋਲ ਲੈ ਕੇ ਜਾਊਂਗਾ, ਕਿਉਂਕਿ ਜਿਹੜੇ ਜਿਹੜੇ ਅੱਜ ਕਹਿ ਰਹੇ ਨੇ ਕਿ ਅਸੀਂ ਪੰਜਾਬ ਬਚਾਉਣਾ, ਉਹ ਸਾਰੇ ਸੁਹਿਰਦ ਲੋਕ ਨੇ, ਮੇਰੇ ਤੋਂ ਰਾਜਨੀਤੀ ਦੇ ਵਿੱਚ ਜ਼ਿਆਦਾ ਸਿਆਣੇ ਲੋਕ ਨੇ। ਪਰ ਉਹਨਾਂ ਕੋਲ ਜਾ ਕੇ ਆਪਾਂ ਦੱਸਾਂਗੇ ਕਿ ਭਾਅ ਜੀ ਤੁਹਾਡੀ ਤੁਹਾਡੇ ਫੀਲਡ ਦੀ ਮੁਹਾਰਤ ਹੈ, ਸਾਡੀ ਸਾਡੇ ਫੀਲਡ ਦੀ ਮੁਹਾਰਤ ਹੈ। ਅਸੀਂ ਅਰਵਿੰਦ ਕੇਜਰੀਵਾਲ ਨੂੰ, ਅਰਵਿੰਦ ਕੇਜਰੀਵਾਲ ਬਣਾਉਣ ਵਾਲਿਆਂ 'ਚੋਂ ਇੱਕ ਇੱਟ ਸਾਡੀ ਵੀ ਲੱਗੀ ਹੈ, ਉਹ ਇੱਟ ਨੂੰ ਜ਼ਿਆਦਾ ਪਤਾ ਵੀ ਉਹ ਕਿੱਦਾਂ ਬਣਿਆ। ਮੇਰੇ ਵਰਗੀਆਂ ਕਈ ਇੱਟਾਂ ਨੇ ਜਿਹੜੀਆਂ ਹਲੇ ਕਿਸੇ ਵੀ ਨਵੇਂ ਬੰਦੇ 'ਤੇ ਸ਼ੱਕ ਕਰ ਰਹੇ ਨੇ ਜਾਂ ਉਹਨਾਂ ਮਤਲਬ ਕਨਫਿਊਜ਼ ਨੇ ਵੀ ਯਾਰ ਕਿਤੇ ਇਹ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵਾਲੀ ਤਾਂ ਨਹੀਂ ਕਰ ਜੂ। ਸੋ ਉਹਨਾਂ ਕੋਲ ਅਸੀਂ ਆਪਣੇ ਇਹ ਵਿਚਾਰ ਲੈ ਕੇ ਜਾਵਾਂਗੇ। ਕਲਾਕਾਰੀ ਛੱਡ ਕੇ ਜਾਂ ਆਪਣੀ ਆਪਣਾ ਫੀਲਡ ਸੀਗਾ ਉਹਨਾਂ ਤੋਂ ਛੱਡ ਕੇ ਰਾਜਨੀਤੀ ਦੇ ਵਿੱਚ ਆਏ,
ਗੁਰਪ੍ਰੀਤ ਘੁੱਗੀ ਜਾਏ ਉਹ ਚਲੇ ਗਏ ਤਾਂ ਬਾਅਦ ਬਾਅਦ ਸਟੈਬਲ ਹੋ ਗਏ ਅਤੇ ਭਗਵੰਤ ਮਾਨ ਨੂੰ ਜਾਣਾ ਚਾਹੀਦਾ ਤੁਸੀਂ ਵੀ ਹੁਣ ਵਾਪਸ ਖਾਉਣ ਵਾਲੇ ਟਰੈਕ 'ਤੇ ਆਜੋਗੇ ਨਹੀਂ ਮੇਰਾ ਇਹ ਮੈਨੂੰ ਜਿਹੜੇ ਮੇਰੇ ਵੈਲ ਵਿਸ਼ੇ ਆ ਉਹ ਕਹਿੰਦੇ ਆ ਬਾਈ ਤੂੰ ਗਲਤੀ ਕੀਤੀ ਹੈ ਵੀ ਜਿਹੜਾ ਤੂੰ ਇਹਨਾਂ ਦਿਨਾਂ 'ਚ 5 ਸਾਲਾਂ 'ਚ ਕੋਈ ਫਿਲਮ ਜਾਂ ਗੀਤ ਨਹੀਂ ਕੀਤਾ ਪਰ ਜਸਟ ਬਿਕੋਜ਼ ਆਫ ਇਮੋਸ਼ਨਸ ਕਿਉਂਕਿ ਜਦੋਂ ਤੁਸੀਂ ਐਡਾ ਵੱਡਾ ਕੋਈ ਇੱਕ ਰੈਵੋਲਿਊਸ਼ਨ ਡੁੱਬਦੀ ਦੇਖਦੇ ਹੋ ਇੰਨੇ ਸਾਡੇ ਪੰਜਾਬ ਦਾ ਭਵਿੱਖ ਡੁੱਬਦਾ ਦੇਖਦੇ ਹੋ ਤਾਂ ਜਿਹੜਾ ਤੁਹਾਡਾ ਇਮੋਸ਼ਨਲ ਮਾਇੰਡ ਹੈ ਜਿਹੜਾ ਇੱਕ ਜਜ਼ਬਾਤੀ ਕਲਾਕਾਰ ਆ ਉਹ ਲਿਖਦਾ ਜ਼ਰੂਰ ਹੈ ਪਰ ਉਹਨੂੰ ਉਸ ਹਿਸਾਬ ਨਾਲ ਪੋਰਟਰੇ ਨਹੀਂ ਕਰ ਪਾਉਂਦਾ ਤਾਂ ਇਸ ਕਰਕੇ ਅਸੀਂ ਹੁਣ ਆਵਾਂਗੇ ਵਾਪਸ ਹੁਣ ਗੀਤ ਅਤੇ ਫਿਲਮਾਂ ਅਸੀਂ ਜ਼ਰੂਰ ਕਰਾਂਗੇ ਉਹ ਮੇਰੇ ਤੋਂ ਇੱਕ ਮੈਂ ਮੰਨੂੰਗਾ ਵੀ ਗਲਤੀ ਹੋਈ ਹੈ ਪਰ ਮੈਂ ਉਹਦੇ 'ਚ ਕੁਛ ਕਰ ਨਹੀਂ ਸੀ ਸਕਦਾ ਕਿਉਂਕਿ ਇੱਕ ਜਜ਼ਬਾਤੀ ਆਦਮੀ ਲਿਖਦਾ ਜ਼ਰੂਰ ਸੀ ਪਰ ਉਹਦੇ 'ਚ ਹਿੰਮਤ ਨਹੀਂ ਸੀ ਹੁੰਦੀ ਵੀ ਕਿਵੇਂ ਕੀ ਸਮਝਾਵਾਂ ਇਹਨਾਂ ਨੂੰ ਬਥੇਰਾ ਕੁਛ ਲਿਖਿਆ ਪਿਆ ਇਸ ਦੌਰ ਦਾ ਫਿਲਮ ਵੀ ਬਣਾਵਾਂਗੇ ਇਸੇ ਸਾਰੇ ਘੱਲੂਘਾਰੇ 'ਤੇ ਜੋ ਇਹ ਕ੍ਰਾਂਤੀ ਕਿਉਂ ਡੁੱਬੀ ਹੈ ਅਤੇ ਅਸੀਂ ਆਉਣ ਵਾਲੇ ਕੱਲ੍ਹ 'ਚ ਗੀਤ ਵੀ ਕੱਢਾਂਗੇ ਨਹੀਂ ਗੁਰਪ੍ਰੀਤ ਘੁੱਗੀ ਮੈਂ ਕਹੂੰਗਾ ਵੀ ਕਲਾਕਾਰੀ ਵਾਈਜ਼ ਮੈਂ ਉਸ ਬੰਦੇ ਦਾ ਫੈਨ ਹਾਂ ਮੈਂ ਰਿਸਪੈਕਟ ਕਰਦਾ ਪਰ ਗੁਰਪ੍ਰੀਤ ਘੁੱਗੀ ਜਦੋਂ ਵੇਵ ਬਣ ਗਈ ਉਦੋਂ ਆ ਗਏ ਜਦੋਂ ਵੇਵ ਉਤਰ ਗਈ ਉਦੋਂ ਉਤਰ ਗਏ ਤਾਂ ਇਹ ਘੁੱਗੀ ਸਾਹਿਬ ਨੂੰ ਉਦੋਂ ਗੁਰਪ੍ਰੀਤ ਸਿੰਘ ਵੜੈਚ ਵੀ ਬਣੇ ਗੁਰਪ੍ਰੀਤ ਸਿੰਘ ਘੁੱਗੀ ਤੋਂ ਅਤੇ ਘੁੱਗੀ ਵੀ ਰਹਿ ਨਹੀਂ ਜੇ ਖੜ੍ਹਨਾ ਸੀ ਤਾਂ ਫਿਰ ਨਾਲ ਖੜ੍ਹਦਾ ਜੇ ਕਹਿਣਾ ਸੀ ਤਾਂ ਮੈਂ ਤਾਂ ਤੈਨੂੰ ਵੀ ਸੱਚ ਦੱਸਿਆ ਸੀ ਵੀ ਬਾਈ ਇਹ ਗਲਤ ਕਰ ਰਹੇ ਨੇ ਕਲਾਕਾਰ ਭਰਾਵਾ ਪ੍ਰਧਾਨ ਹੈ ਜੇ ਛੋਟੇਪੁਰ ਨੂੰ ਪ੍ਰਧਾਨਗੀ ਵੇਲੇ ਉਹਦਾ ਮੋਢਾ ਵਰਤ ਕੇ ਛੋਟੇਪੁਰ ਨੇ ਵੀ ਉਦੋਂ ਆਪ ਉਦਰੀਆਂ ਹਰਕਤਾਂ ਕੀਤੀਆਂ ਜਦੋਂ ਸਾਨੂੰ ਕੱਢਿਆ ਅਸੀਂ ਕਿਹਾ ਸੀ ਛੋਟੇਪੁਰ ਸਾਹਿਬ ਇਹ ਹੋਰ ਤੁਹਾਡੇ ਨਾਲ ਵੀ ਜਾਣੀ ਹੈ ਲਾਈਵ ਕਿਹਾ ਸੀ ਅਤੇ 4 ਮਹੀਨੇ ਨਹੀਂ ਟੱਪੇ ਛੋਟੇਪੁਰ ਸਾਹਿਬ ਨਾਲ ਵੀ ਉਹੀ ਹੋਈ ਗੁਰਪ੍ਰੀਤ ਘੁੱਗੀ ਨੂੰ ਵੀ ਕਿਹਾ ਵੀ ਜੇ ਸਾਡੇ ਨਾਲ ਹੋ ਗਈ ਜਿਨ੍ਹਾਂ ਨੇ ਪਾਰਟੀ ਬਣਾਈ ਹੈ ਪੰਜਾਬ 'ਚ ਜਿਨ੍ਹਾਂ ਨੇ ਬਾਦਲਾਂ ਦੇ ਵਿਰੁੱਧ ਆਪਣੇ ਕੈਰੀਅਰ ਕੁਰਬਾਨ ਕੀਤੇ ਨੇ ਵੀ ਵੀਰ ਹੋ ਤੇਰੇ ਨਾਲ ਵੀ ਜਾਣੀ ਹੈ ਪਰ ਜਦੋਂ ਜਿਹਦੇ ਕੋਲ ਪ੍ਰਧਾਨਗੀ ਆਉਂਦੀ ਹੈ ਦੁਖਾਂਤ ਹੈ ਪੰਜਾਬੀਆਂ ਦਾ ਜਿਹਨੂੰ ਚੌਧਰ ਮਿਲਦੀ ਹੈ ਉਹ ਕਹਿੰਦਾ ਹੁਣ ਮੇਰੇ ਵਰਗਾ ਕੋਈ ਨਹੀਂ ਮੈਨੂੰ ਕਿਸੇ ਨੇ ਨਹੀਂ ਲਾਉਣਾ ਸਾਰੇ ਪੁਰਾਣਾ ਇਤਿਹਾਸ ਪੜ੍ਹਿਆ ਨਹੀਂ ਹੋਇਆ ਕਈ ਲੋਕਾਂ ਨੇ ਕਿ ਸਾਡੇ ਪੰਜਾਬੀਆਂ ਨਾਲ ਧੋਖੇ ਪਿੱਠ 'ਚ ਛੁਰੇ ਇੱਦਾਂ ਹੀ ਵੱਜੇ ਨੇ ਸਾਨੂੰ ਵੰਡ ਵੰਡ ਕੇ ਸਾਡੇ ਜੁੱਤੀਆਂ ਮਾਰੀਆਂ ਗਈਆਂ ਨੇ ਅਤੇ ਅੱਜ ਤੱਕ ਉਹੀ ਪ੍ਰਥਾ ਚੱਲਦੀ ਪਈ ਹੈ ਆਮ ਆਦਮੀ ਪਾਰਟੀ ਦਾ ਭਵਿੱਖ ਤਾਂ ਜੀ ਜੇ ਕਿਤੇ ਬਰਨਾਲੇ ਦੀ ਰੈਲੀ ਦੇ ਵਿੱਚ ਕੇਜਰੀਵਾਲ ਅਸੀਂ ਕਿਹਾ ਸੀ ਮਾਫ਼ੀ ਮੰਗ ਲਓ ਪੰਜਾਬੀਆਂ ਤੋਂ ਜਦੋਂ 28 ਸੀਟਾਂ ਵਾਲੀ ਸਰਕਾਰ ਕੇਜਰੀਵਾਲ ਸਾਹਿਬ ਨੇ ਛੱਡੀ ਸੀ ਤਾਂ ਉਹ ਤੋਂ ਬਾਅਦ ਉਹਨਾਂ ਨੇ ਮਾਫ਼ੀ ਮੰਗੀ ਸੀ ਜਦੋਂ ਲੋਕ ਸਭਾ 'ਚ 1 ਵੀ ਸੀਟ ਨਹੀਂ ਸੀ ਆਈ ਦਿੱਲੀ ਵਾਸੀਓ ਮੁਝੇ ਮਾਫ਼ ਕਰ ਦਿਉ ਜਦੋਂ ਦੂਜੀਆਂ ਪਾਰਟੀਆਂ ਨੇ ਉਹਨਾਂ ਨੂੰ ਭਗੌੜਾ ਕਿਹਾ ਸੀ ਮੈਂ ਕਿਹਾ ਉਹਨਾਂ ਨੂੰ ਮੈਂ ਕਿਹਾ ਇੱਥੇ ਵੀ ਪੰਜਾਬੀਆਂ ਤੋਂ ਮਾਫ਼ੀ ਮੰਗ ਲਓ ਕਹਿ ਦਿਉ ਸਾਡੇ ਤੋਂ ਗਲਤੀ ਹੋਈ ਹੈ ਕਹਿ ਦਿਉ ਕਿ ਹਾਂ ਯਾਰ ਸੰਜੇ ਦੁਰਗੇਸ਼ ਨੂੰ ਮੈਂ ਖਰਚ ਕਰਦਾ ਆਮ ਆਦਮੀ ਪਾਰਟੀ 'ਚੋਂ ਦੋ ਬੰਦਿਆਂ ਪਿੱਛੇ ਤੂੰ ਪੂਰਾ ਪੰਜਾਬ ਨਾ ਗਵਾ ਪਰ ਅਰਵਿੰਦ ਕੇਜਰੀਵਾਲ ਨੂੰ ਉਹ ਦੋ ਬੰਦੇ ਪਿਆਰੇ ਨੇ ਪੰਜਾਬ ਪਿਆਰਾ ਨਹੀਂ ਜੇ ਕਿਤੇ ਬਰਨਾਲੇ ਦੀ ਰੈਲੀ 'ਚ ਜਿਹੜੀ 20 ਤਰੀਕ ਨੂੰ ਹੋਈ ਹੈ 20 ਜਨਵਰੀ ਨੂੰ ਕੇਜਰੀਵਾਲ ਭਗਵੰਤ ਮਾਨ ਮਾਫ਼ੀ ਮੰਗ ਲੈਂਦੇ ਰਾਦਰ ਦੈਨ ਦਾਰੂ ਛੱਡਣ ਦੇ ਆਪਣਾ ਹੰਕਾਰ ਛੱਡ ਦਿੰਦੇ ਆਪਣੀ ਈਗੋ ਛੱਡ ਦਿੰਦੇ ਪੰਜਾਬ ਨੂੰ ਉੱਤੇ ਰੱਖ ਲੈਂਦੇ ਇੱਕ ਦਾਰੂ ਨਾਲ ਇਕੱਲਾ ਭਗਵੰਤ ਡੁੱਬਦਾ ਤੁਹਾਡੇ ਹੰਕਾਰ ਨਾਲ ਮੇਰਾ ਪੰਜਾਬ ਡੁੱਬਦਾ।